ਭਰਾਵਾ ਮੇਰਾ ਸਾਰਾ ਸਮਾਨ ਰੈਡੀ ਆ। ਉਹ ਨਹੀਂ ਨਹੀਂ ਉਹ ਯਾਰ ਮੈਂ ਰੈਡੀ ਹਾਂ ਭਾਅ ਜੀ, ਕਿੱਥੇ ਦੱਸ ਮੈਨੂੰ। ਉਹ ਯਾਰ ਭਾਅ ਜੀ ਦੇ ਲਾਰੇ ਆ, ਮੈਂ ਤੈਨੂੰ ਸਹੀ ਦੱਸਾਂ। ਹਾਂ ਯਾਰ ਬੰਦੇ ਦੇ ਜਦੋਂ ਗਾਣੇ ਚੱਲ ਜਾਂਦੇ ਆ ਨਾ, ਤੇ ਇਦਾਂ ਹੀ ਬੰਦਾ ਪੁਰਾਣੀਆਂ ਯਾਰੀਆਂ ਭੁੱਲ ਜਾਂਦਾ ਹੁੰਦਾ ਵਾ। ਮੈਂ ਤੈਨੂੰ ਦੱਸਾਂ ਠੀਕ ਹੈ ਨਾ, ਭਾਈ ਦੇ ਲਾਰੇ ਆ, ਭਾਈ ਨੇ ਨਹੀਂ ਆਉਣਾ ਮੈਨੂੰ ਪਤਾ ਵਾ। 1500 ਦਾ ਕੱਪ ਯਾਰ ਮੈਂ ਵੀ ਥੋੜਾ ਨਾ ਪਿਆ ਦਿਆਂਗਾ ਯਾਰ, ਕਮਾਲ ਕਰਦਾ ਪਿਆ ਤੂੰ। ਗੱਲ ਸੁਣ ਮੇਰੀ ਪਾਰੇ ਆ, ਯਾਰੀ ਪੱਕੀ ਸਾਡੀ ਸਮਝੀ ਨਾ ਲਾਰੇ ਆ। ਯਾਰੀ ਮੇਰੀ ਵੇ ਯਾਰੀ ਮਟਰੀ ਤੱਕ ਨਹੀਂ ਸਾਰੀ ਦੀ ਸਾਰੀ। ਯਾਰੀ ਯਾਰੀ ਮੇਰੀ ਵੇ ਯਾਰੀ ਵਟਸਐਪ ਪਾਰੇ। ਓ ਕਿਆ ਬਾਤ ਹੈ ਜੀ, ਕਿਆ ਬਾਤ ਹੈ ਭਾਜੀ। ਹੁਣ ਤੇ ਮਟਰ ਅੱਜ ਵੀ ਉਹਨੇ ਸਵਾਦ ਆ, ਚਾਹੇ ਤੇਰੀ ਰੇਹੜੀ ਸੀ ਚਾਹੇ ਹੁਣ ਤੇਰੀ ਸਟਾਲ ਬਣ ਗਈ ਆ। ਬਹੁਤ ਘੈਂਟ ਕੰਮ ਆ, ਕੱਪ ਟੰਗ ਲਿਆ, ਕੱਚ ਦੇ ਗਲਾਸ ਹੁੰਦੇ ਜੀ, ਦੇਖ ਲੈ ਹੁਣ ਕੱਪ ਆ ਗਏ ਆ। ਇਹ ਤਾਂ ਦਿਨ ਤੇਰੇ ਹੀ ਬਹੁਤ ਬਦਲ ਗਏ ਮਾਮਾ। ਥੈਂਕ ਯੂ, ਚੇਂਜ ਹੋ ਗਿਆ ਤੂੰ। ਬਿਲਕੁਲ ਭਾਜੀ, ਆ ਜਾ ਬੈਠੋ ਜੀ ਬੈਠੋ। ਮਟਰ ਦਾ ਸਵਾਦ ਤੇਰਾ ਉਹੀ ਸੀ। ਕਿਆ ਬਾਤ ਹੈ ਭਾਜੀ, ਚਾਹ ਦਾ ਸਵਾਦ ਹੈ ਸਾਨੂੰ ਦੇਖਣਾ ਪੈਣਾ। ਬਿਲਕੁਲ ਭਾਜੀ, ਅੱਜ ਤੁਸੀਂ ਮੇਰੇ ਬ੍ਰਾਂਡ ਨਿਊ ਖੋਖੇ ਤੇ ਆਏ ਹੋ ਨਾ ਭਾਜੀ, ਸੱਚੀ ਮਜ਼ਾ। ਹੁਣ ਸਟਾਲ ਹੋ ਗਈ ਹੈ ਭਾਜੀ, ਸਟਾਲ ਹੋ ਗਈ। ਪਹਿਲਾਂ ਖੋਖਾ ਸੀ, ਹੁਣ ਤਾਂ ਵਧੀਆ ਹੈ, ਸਟਾਲ ਲੱਗ ਰਹੀ ਹੈ, ਟੀ ਸਟਾਲ। ਬਿਲਕੁਲ ਭਾਜੀ, ਮੇਰੇ ਹਿਸਾਬ ਨਾਲ ਇਹ ਖੋਖਾ ਹੈ, ਤੁਹਾਡੇ ਹਿਸਾਬ ਨਾਲ ਭਾਜੀ ਸਟਾਲ ਹੈ, ਠੀਕ ਹੈ। ਮੇਰੇ ਹਿਸਾਬ ਨਾਲ ਇੱਕ ਆਹ ਖੋਖਾ ਹੈ, ਤੇ ਮੈਂ ਭਾਜੀ ਇੱਕ ਹੋਰ ਖੋਖੇ ਦਾ ਮਾਲਕ ਹੋ ਗਿਆ, ਪੁੱਛੋ ਕਿੱਦਾਂ। ਕਰੋੜਾਂ ਦਾ ਮਾਲਕ। ਤੁਸੀਂ ਆ ਗਏ ਤਾਂ ਭਾਜੀ ਕਰੋੜਾਂ ਦੇ ਮਾਲਕ ਹੋ ਗਏ ਕਿ ਨਹੀਂ। ਬਹੁਤ ਬਹੁਤ ਸਵਾਗਤ ਹੈ ਭਾਜੀ ਮੇਰੇ ਖੋਖੇ ਤੇ, ਤੇ ਤੁਹਾਡਾ ਵੀ ਸਾਰਿਆਂ ਦਾ ਸਵਾਗਤ ਹੈ ਜੀ ਚਾਹ ਤੇ ਚੁਸਕੀ ਪਾਵਰਡ ਬਾਏ ਬੌਨ। ਭਾਜੀ ਵੈਸੇ ਕੱਲ ਸ਼ਾਮੀ ਨਾ ਕਾਫੀ ਸ਼ੇਰੋ ਸ਼ਾਇਰੀ ਹੋ ਰਹੀ ਸੀਗੀ, ਤੇ ਅਸੀਂ ਕਾਫੀ ਫੇਮਸ ਸ਼ਾਇਰਾਂ ਦੇ ਕੋਲ ਬੈਠੇ ਸੀਗੇ, ਤੇ ਤੁਹਾਡੇ ਵਾਸਤੇ ਨਾ ਭਾਜੀ ਉੱਥੋਂ ਦੋ ਕੁ ਲਾਈਨਾਂ ਆਈਆਂ ਸੀ, ਮੈਂ ਸੁਣਾਵਾਂ ਫਿਰ ਜਰਾ। ਸੁਣਾ ਦਿਓ। ਕਰਦੇ ਆ ਪੇਸ਼। ਕਰ ਦਿਓ ਪੇਸ਼। ਲਓ ਸੁਣੋ ਫਿਰ। ਜ਼ਿਆਦਾ ਠੰਡ ਲੱਗਦੀ ਆ ਜਿਹੜੇ ਸਾਡੇ ਵਰਗੇ ਕੁਵਾਰੇ ਆ, ਜ਼ਿਆਦਾ ਠੰਡ ਲੱਗਦੀ ਆ ਜਿਹੜੇ ਸਾਡੇ ਵਰਗੇ ਕੁਵਾਰੇ ਆ। ਮਨਿੰਦਰ ਬੁੱਟਰ ਇਜ਼ ਔਨ ਟਾਈਮ, ਕੌਣ ਕਹਿੰਦਾ ਲਾ ਰਿਹਾ ਮੈਨੂੰ, ਬੰਦਾ ਮਿਲਾਓ, ਬੰਦਾ ਮਿਲਾਓ, ਕੌਣ ਕਹਿੰਦਾ ਲਾ ਰਿਹਾ। ਮੈਂ ਵੈਸੇ ਹਮੇਸ਼ਾ ਟਾਈਮ ਤੇ ਹੁੰਦਾ, ਹਮੇਸ਼ਾ ਟਾਈਮ ਤੇ ਹੁੰਦਾ, ਮੈਂ ਇਹੋ ਜੀ ਗੱਲ ਨਹੀਂ। ਇਹ ਤਾਂ ਹੈ ਭਾਜੀ, ਹਮੇਸ਼ਾ ਟਾਈਮ ਤੇ ਪਹੁੰਚਦਾ। ਬਿਲਕੁਲ ਭਾਜੀ, ਅੱਜ ਵੀ ਬਿਲਕੁਲ ਟਾਈਮ ਤੇ ਆਏ ਆ, ਕੋਈ ਸ਼ੱਕ ਵਾਲੀ ਗੱਲ ਨਹੀਂ ਹੈਗੀ, ਬਿਲਕੁਲ ਵੀ ਨਹੀਂ, ਬਿਲਕੁਲ ਵੀ ਨਹੀਂ। ਤੇ ਪਾਰਾ ਸੋਹਣਾ ਹੋ ਗਿਆ ਯਾਰ ਪਹਿਲਾਂ ਨਾਲੋਂ, ਦੇਖ ਰਹੇ ਹੋ ਤੁਸੀਂ। ਥੈਂਕ ਯੂ ਭਾਜੀ, ਪਿਛਲੀ ਵਾਰੀ ਤਾਂ ਤੁਸੀਂ ਆਏ ਨਹੀਂ ਭਾਜੀ, ਇਸ ਵਾਰੀ ਤਾਂ ਫਿਰ ਹੁੰਦਾ ਗੱਲ 'ਚ ਪਰਨਾ ਪੁਰਨਾ, ਵਧੀਆ ਮਾਹੌਲ ਬਣਿਆ ਹੋਇਆ ਯਾਰ ਦੇ ਥੱਲੇ, ਈਜ਼ੀ। ਥੈਂਕ ਯੂ ਭਾਜੀ, ਵਧੀਆ ਮਾਹੌਲ ਬਣਿਆ ਹੋਇਆ। ਹੋਰ ਸੁਣਾ ਫਿਰ ਨਵੀਂ ਤਾਜ਼ੀ ਕੀ ਇੰਡਸਟਰੀ ਦੀ। ਮਿਹਰਬਾਨ ਕਦਰਦਾਨ, ਥੋੜ੍ਹਾ ਜਿਹਾ ਪਾਸਾ ਇੱਧਰ ਨੂੰ ਘੁਮਾਓ ਅਤੇ ਸਿੱਧੀ ਨਜ਼ਰ ਮੇਰੇ ਬੂਥੇ 'ਤੇ ਪਾਓ। ਚਾਹ ਇੱਥੇ ਬਣਦੀ ਹੈ ਮਿੱਠਾ ਪੱਤੀ ਠੋਕ ਕੇ, ਵੱਡੇ ਵੱਡੇ ਬੰਦੇ ਫਿਰ ਪੀਂਦੇ ਗੱਡੀ ਰੋਕ ਕੇ, ਸੌਂਫ ਜਵੈਣ ਅਦਰਕ ਮਲੱਠੀ ਸਭ ਕੁਝ ਪਾਈਦਾ, ਸਟਾਰਾਂ ਕੋਲੋਂ ਫਿਰ ਉਬਾਲਾ ਵੀ ਲਵਾਈਦਾ। ਚਾਹ ਮੇਰੀ ਨਾ ਰੰਗ ਹੁੰਦਾ ਕਾਲਾ ਜੀ, ਪੀਵੇ ਕੋਈ ਵਿਰਲਾ ਕਰਮਾ ਭਾਗਾ ਵਾਲਾ ਜੀ, ਜਿਹੜਾ ਵੀ ਮੇਰੇ ਖੋਖੇ 'ਤੇ ਆਊਗਾ ਹਿੱਟ ਹੋ ਜਾਊਗਾ, ਹਿੱਟ ਹੋ ਜਾਊਗਾ, ਸਰੀਲਾ ਹੋ ਜਾਊਗਾ, ਸਰੀਲਾ ਹੋ ਜਾਊਗਾ, ਸਰੀਲਾ ਹੋ ਜਾਊਗਾ। ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਚਾਹ, ਮੇਰੀ ਜਿਹੜੀ ਚਾਹ ਗਈ ਨਾ ਜੀ ਭਾਜੀ, ਉਹ 11 ਵਾਲਿਆਂ ਵਾਲੀ ਹੁੰਦੀ ਆ। 11 ਵਾਲਿਆਂ ਵਾਲੇ, ਮੈਂ ਘਰੇ ਵੀ ਜਦੋਂ ਚਾਹ ਬਣਾਈ ਦੀ 11 ਵਾਲੇ ਦੇਈਦੇ ਆਪਾਂ। 11 ਵਾਲੇ, ਅੱਜ ਫਿਰ 12 ਲਾ ਦਿੰਦੇ ਆਪਾਂ। ਚਲੋ ਭਾਜੀ ਬਣਾਈਏ ਫਿਰ, ਸਪੈਸ਼ਲ ਚਾਹ ਬਣਾਉਣੀ ਪਾ ਰਿਹਾ ਅੱਜ ਤੇਰੇ ਭਰਾ ਨੇ, ਸਪੈਸ਼ਲ ਚਾਹ ਤੇਰੇ ਲਈ। ਚਲੋ ਫਿਰ ਬਣਾਉਂਦੇ ਆ ਭਾਜੀ, ਚੱਲ ਫਿਰ ਆ ਚੱਲੇ ਜੀ ਚਾਹ ਬਣਾ। ਆਜੋ ਭਾਜੀ ਆਜੋ, ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਭਾਜੀ, ਥੈਂਕ ਯੂ ਸੋ ਮਚ। ਬਾਰ ਤੇਰਾ ਵੱਡਾ ਸੱਚੀ ਹੋ ਚੱਲਾ। ਕਿਆ ਬਾਤ ਹੈ ਭਾਜੀ, ਕਿਆ ਬਾਤ ਹੋਇਆ ਪਹਿਲਾਂ ਦੇਖੋ, ਲਾਈਟਿੰਗ ਸ਼ਾਈਟਿੰਗ ਲਵਾਤੀਆਂ, ਸਪੀਕਰ ਤਾਂ ਨਹੀਂ ਲਵਾਏ ਕਿਤੇ, ਸਪੀਕਰ ਵੀ ਹੈਗੇ ਭਾਜੀ ਅੱਗੇ, ਦੇਖਦੇ ਰਵਾਂਗੇ। ਹਾਂ ਤੇ ਹੁਣ ਚਾਹ ਆਪਾਂ ਪੀਣੀ ਆ 12 ਵਾਲਿਆਂ ਵਾਲੀ, 12 ਵਾਲਿਆਂ ਤੇ। ਪਰ ਭਾਜੀ ਇਧਰ ਚਾਹ ਦਾ ਮੈਨੂ ਦੱਸੋ ਮੈਨੂੰ। ਅੱਛਾ, ਚਾਹ ਦਾ ਮੈਨੂ ਹੈ ਫਿਲਮੀ ਚਾਹ। ਹਾਂਜੀ, ਆਪਾਂ ਹਜੇ ਫਿਲਮਾਂ ਕੀਤੀਆਂ ਨਹੀਂ, ਸੋ ਆਪਾਂ ਇਹਨੂੰ ਨਹੀਂ ਪੀਂਦੇ। ਫਿਰ ਉਦੋਂ ਬਾਅਦ 'ਚ ਆਉਂਦੀ ਹੈ ਆਰਟਿਸਟਿਕ ਚਾਹ, ਆਰਟਿਸਟ ਆਪ ਬਣਾਏ ਜੀ, ਆਪਾਂ ਚੱਲ ਆਪਾਂ ਘਰੇ ਬਣਾ ਲਈਦੇ, ਪੀਂਦੇ ਰਹੀਦਾ ਹਨ। ਬਿਲਕੁਲ ਭਾਜੀ, ਜਿਹੜੀ ਹੱਗ ਟੀ ਹੈ ਪਰ, ਹਾਂਜੀ ਭਾਜੀ, ਇਹ ਮਤਲਬ ਹੱਗ ਕਿਹਨੂੰ ਕਰਨੀ ਪੈਣੀ ਆਪਾਂ ਭਾਜੀ ਮੈਨੂੰ, ਫਿਰ ਇਹ ਕੈਂਸਲ ਹੈ। ਆਪਾਂ ਪੀਵਾਂਗੇ ਮਿਊਜ਼ੀਕਲੀ ਚਾਹ, ਗਾਣੇ ਗਾ ਕੇ ਪੀਓ ਬਣਾ ਕੇ, ਇਹ ਪੀਨੇ ਅੱਜ। ਚਲੋ ਠੀਕ ਹੈ ਭਾਜੀ, ਕੱਢਦੇ ਕਰਾਂ ਸੌਂਫ ਮਲੱਠੀ ਸਾਰਾ ਕੁਝ, ਕੱਢਦੇ ਲਓ ਭਾਜੀ ਸਾਰਾ ਕੁਝ ਆਪਾਂ ਕੱਢ ਦੇਣਾ। ਇਹ ਆ ਦੇਖੋ ਸੌਂਫ ਮਲੱਠੀ ਲਾਚੀ, ਆ ਵੱਡੀ ਲਾਚੀ, ਹਾਂ ਵੱਡੀ ਲਾਚੀ ਭਾਜੀ, ਇਹ ਪਾਣੀ, ਇਹ ਆ ਚੱਕੋ ਚੱਕੋ ਜੀ, ਔਨ ਹੋ ਗਿਆ। ਇਹ ਡੂਢ ਕੱਪ ਪਾ ਦੇ, ਡੂਢ ਕੱਪ ਲਓ ਜੀ, ਭਾਈ ਨੇ ਕਿਹਾ ਡੂਢ ਕੱਪ ਪਾ ਦਿਓ, ਤੇ ਅਸੀਂ ਡੂਢ ਕੱਪ ਪਾ ਦੇਣਾ ਜੀ ਪਾਣੀ। ਬਸ ਬਸ, ਇਹ ਆ ਲਓ ਹੁਣ ਪਹਿਲਾਂ ਜਿੰਨਾ ਚਿਰ ਪਾਣੀ ਉਬਲਦਾ ਨਹੀਂ। ਅੱਛਾ ਜੀ, ਮਤਲਬ ਜਿੰਨਾ ਚਿਰ ਜਮੀ ਉਬਲਦਾ ਨਹੀਂ। ਠੀਕ ਹੈ ਜੀ, ਮਤਲਬ ਜਮੀ ਉਬਲਦਾ ਨਹੀਂ, ਜਮੀ ਨਹੀਂ ਉਬਲਦਾ, ਉਹਨਾਂ ਚਿਰ ਆਪਾਂ ਕੁਛ ਨਹੀਂ ਪਾਉਣਾ, ਕੁਛ ਨਹੀਂ ਪਾਉਣਾ। ਜ਼ਿਆਦਾਤਰ ਗਲਤੀ ਲੋਕ ਕੀ ਕਰਦੇ ਆ, ਠੰਡੇ ਪਾਣੀ 'ਚ ਸਾਰਾ ਕੁਛ ਸੁੱਟ ਦਿੰਦੇ, ਸਾਰਾ ਕੁਛ ਸੁੱਟ ਦਿੰਦੇ, ਜਿਵੇਂ ਪ੍ਰਾਹੁਣੇ ਆਏ ਕਾਲੀ ਕਾਲੀ ਆਈ, ਪੱਤੀ ਸੁੱਟਤੀ ਆਈ, ਖੰਡ ਸੁੱਟਤੀ, ਠੰਡੇ ਪਾਣੀ ਨਹੀਂ। ਅੱਛਾ, ਇੱਦਾਂ ਨਹੀਂ ਸੁਣਨੀ ਚਾਹੀਦੀ, ਵੇਟ ਕਰਨੀ ਆ, ਆਰਾਮ ਨਾਲ ਗਰਮ ਪਾਣੀ ਕਰਨਾ। ਅੱਛਾ ਜੀ, ਆਰਾਮ ਨਾਲ ਗੱਲਾਂ ਬਾਤਾਂ ਕਰਦੇ ਉਹਨੇ। ਹੋਰ ਸੁਣਾ ਫਿਰ। ਬਹੁਤ ਵਧੀਆ ਭਾਜੀ, ਇੱਕ ਮਿੰਟ, ਇਹਨੂੰ ਆਪਾਂ ਤੇਜ਼ਮ ਤੇਜ਼ ਕਰ ਦਈਏ, ਤੇਜ਼ਮ ਤੇਜ਼ ਕਰਦੇ ਹਨਾ। ਅੱਛਾ ਭਾਜੀ, ਪਰ ਪਹਿਲਾਂ ਸਟੋਵ ਹੁੰਦਾ ਸੀ ਤੇਰੇ ਕੋਲ ਯਾਰ, ਭਾਜੀ ਮਸ਼ੀਨੀ ਕੰਮ ਆ ਗਿਆ।
ਭਾਜੀ ਦੇਖੋ ਨਾ ਫਿਰ ਇੰਨਾ ਤਾਮਝਾ ਪੈਸਾ ਤੇਰੇ ਕੋਲੇ ਵੀ ਆ ਗਿਆ ਬਾਰੇ ਥੈਂਕ ਯੂ ਸੋ ਮਚ ਭਾਜੀ ਪੈਸਾ ਤਾਂ ਆ ਗਿਆ ਦੇ ਇੰਨੀ ਵੀ ਨਾ ਤੁਸੀਂ ਕਹੋ ਨਾ ਫੜ ਵੀ ਲੈਂਦੇ ਹੁੰਦੇ ਬੰਦੇ ਚੱਲ ਨਾ ਭਾ ਟੀਵੀ ਤੇ ਆਈਆਂ ਗੱਲਾਂ ਨਹੀਂ ਕਰਦੇ ਹਾਂਜੀ ਹਾਂਜੀ ਛੱਡੋ ਠੀਕ ਨਹੀਂ ਆਇਆ ਪੈਸਾ ਨਹੀਂ ਆਇਆ ਨਹੀਂ ਕੋਈ ਪੈਸਾ ਨਹੀਂ ਆਇਆ ਆਪਣੇ ਕੋਲ ਸਬਦਾਰ ਹੈ ਹਾਂ ਬਿਲਕੁਲ ਅੱਛਾ ਭਾਜੀ ਤੁਹਾਡਾ ਗਾਣਾ ਚੋਰੀ ਹੋਇਆ ਸੀਗਾ ਹਨਾ ਤੇ ਕਿੱਥੋਂ ਚੋਰੀ ਹੋਇਆ ਸੀਗਾ ਭਾਜੀ ਅਲਮਾਰੀ ਚੋਂ ਚੋਰੀ ਹੋਇਆ ਸੀ ਪਰਸ ਚੋਂ ਚੋਰੀ ਹੋਇਆ ਸੀਗਾ ਜਾਂ ਤੁਸੀਂ ਫੋਨ ਤੇ ਲਿਖਦੇ ਪਏ ਸੀਗੇ ਕੋਈ ਫਟਾਫਟ ਪਿੱਛੋਂ ਦੀ ਪੜ ਕੇ ਲੈ ਗਿਆ ਇਹ ਮੇਰੇ ਮੇਲ ਚੋਂ ਚੋਰੀ ਹੋਇਆ ਅੱਛਾ ਮੇਲ ਚੋਂ ਬਸ ਤੂੰ ਹੁਣ ਜਜ਼ਬਾਤ ਦੁਬਾਰੇ ਨਾ ਜਗਾ ਤੂੰ ਦੇਖਿਆ ਨਾ ਲਾਈਵ ਸ਼ੋਅ ਫਿਰ ਦੇਖਿਆ ਦੇਖਿਆ ਮੈਂ ਫਿਰ ਗੁੱਸਾ ਆਇਆ ਨਾ ਆਪਾਂ ਵਧੀਆ ਪਿਆਰ ਨਾਲ ਚਾਹ ਪੀਣੀ ਆ ਆਪਾਂ ਇਹੋ ਜਿਹੀ ਗੱਲ ਕੋਈ ਨਹੀਂ ਕਰਨੀ ਨਹੀਂ ਕੋਈ ਨਹੀਂ ਫਿਰ ਤੁਸੀਂ ਰਿਪੋਰਟ ਨਹੀਂ ਲਿਖਾਈ ਭਾਜੀ ਗਾਣੇ ਚੋਰੀ ਨਹੀਂ ਆਪਾਂ ਲਿਖਾਈ ਨਹੀਂ ਛੱਡਾ ਮਤਲਬ ਛੱਡ ਤਾਂ ਆਪਾਂ ਖੈੜਾ ਕੰਮ ਹੀ ਤਮਾਮ ਪਰ ਗਾਣਾ ਆ ਰਿਹਾ ਆਪਣਾ ਉਹ ਅੱਛਾ ਜੀ ਆਪਣਾ ਸੇਮ ਗਾਣਾ ਆਉਣਾ ਸਭ ਨੇ ਸੁਣਨਾ ਇਹ ਛੱਡ ਦੋਗਾ ਚਲੋ ਚਲੋ ਗੱਲ ਹੀ ਆਪਾਂ ਪੋਜ਼ਿਟਿਵ ਗੱਲਾਂ ਕਰਦੇ ਆ ਬਿਲਕੁਲ ਭਾਜੀ ਹੈਪੀ ਗੱਲਾਂ ਕਰਦੇ ਆ ਬਿਲਕੁਲ ਆਪਣਾ ਪਾਣੀ ਗਿਆ ਉੱਪਰ ਹਾਂਜੀ ਤੇ ਹੁਣ ਆਪਾਂ ਕੀ ਪਾਉਣਾ ਭਾਜੀ ਦੱਸੋ ਪਹਿਲਾਂ ਪੱਤੀ ਪਾ ਮੈਂ ਉਹਨੇ ਲੈਚੀਆਂ ਤੋੜ ਲਾ ਲਓ ਭਾਜੀ ਪੱਤੀ ਪਾ ਦਿੰਦੇ ਆ ਇਹ ਚਾਰ ਪੰਜ ਲੈ ਇਹਨੂੰ ਕੀ ਕਹਿੰਦੇ ਆਪਾਂ ਜਾਦੂਈ ਲੈਚੀ ਬਿਲਕੁਲ ਭਾਜੀ ਇਹਨੂੰ ਕੀ ਕਹਿੰਦੇ ਜਾਦੂਈ ਜਾਦੂਈ ਲੈਚੀ ਲੈਚੀ ਇੱਕ ਵੱਡੀ ਵੀ ਸੁੱਟਦੇ ਅੱਛਾ ਵੱਡੀ ਵੀ ਸੁੱਟਦਾ ਲਿਆਓ ਜੀ ਵੱਡੀ ਲੈਚੀ ਆ ਰਹੀ ਇਹ ਕੀ ਬਾਤ ਹੈ ਜੀ ਇਹ ਹੁੰਦੀ ਤਰੱਕੀ ਮਨਿੰਦਰ ਬੁੱਟਰ ਜੀ ਲਾਚੀਆਂ ਕੁੱਟ ਰਹੇ ਨੇ ਮੇਰੀ ਖੋਖੇ ਦੇ ਉੱਤੇ ਮਨਿੰਦਰ ਬੁੱਟਰ ਜੀ ਨੇ ਇੱਕ ਆਮ ਜੇ ਖੋਖੇ ਤੇ ਜਾ ਕੇ ਨਹੀਂ 30 ਸਟਾਲ ਤੇ ਜਾ ਕੇ ਬਿਲਕੁਲ ਲੈਚੀਆਂ ਕੁੱਟੀਆਂ ਵੈਰੀ ਨਾਈਸ ਭਾਜੀ ਲੈ ਵੀ ਲੈਚੀਆਂ ਪੈ ਗਈਆਂ ਹੁਣ ਖੁਸ਼ਬੂ ਚੜ ਰਹੀ ਹੈ ਤੇਰੇ ਨੱਕ ਨੂੰ ਜ਼ੁਕਾਮ ਤਾਂ ਨਹੀਂ ਹੋਇਆ One and only mixing mix it up bilkul mix it up dasso bhaji acha pehli wale haan ji long tu gin ke 7 paune dekh la gin ke 7 kinne paye dekh 2 4 nahi zyada hai bhaji kad de fir nu kad denne eh 7 da bhaji ki raaz hai 2 4 lucky number hai na oh theek hai hor koi raaz 2 4 6 7 bas kut dewa inu kut de lo ji lo kut ta apa assi lechiyan kutiyan mara ji long kut rahe hai ਭਾਜੀ ਜਿਵੇਂ ਹੁਣ ਚਾਹ ਬਣ ਰਹੀ ਹੈ ਹਨਾ ਛੋਟੇ ਹੁੰਦੇ ਭਾਜੀ ਤੁਹਾਨੂੰ ਕਿਹੜੀ ਚੀਜ਼ ਦਾ ਚਾਹ ਹੁੰਦਾ ਸੀ ਉਹੀ ਚੀਜ਼ ਦਾ ਤੁਹਾਨੂੰ ਵੱਡੇ ਹੋ ਕੇ ਵੀ ਉਨਾ ਹੀ ਚਾਹ ਹੈ ਮੈਨੂੰ ਸਭ ਤੋਂ ਜ਼ਿਆਦਾ ਚਾਹ ਆ ਦੁੱਧ ਵਾਲੇ ਕੱਦੂਆਂ ਦਾ ਦੁੱਧ ਵਾਲੇ ਕੱਦੂ ਜੋ ਕਿਸੇ ਨੂੰ ਬਣਾਉਣੇ ਨਹੀਂ ਆਉਂਦੇ ਹਾਂ ਉਹ ਸਿਰਫ ਮਾਲਵੇ ਵਾਲਿਆਂ ਨੂੰ ਬਣਾਉਣੇ ਆਉਂਦੇ ਮਤਲਬ ਬਿਲਕੁਲ ਮੈਂ ਹੁਣ ਵੀ ਜੇ ਮੈਨੂੰ ਕੋਈ ਕਹਿ ਰਿਹਾ ਦੁੱਧ ਵਾਲੇ ਕੱਦੂ ਆ ਹਾਂਜੀ ਮੈਂ ਢਿੱਡ ਰੱਜਿਆ ਹੋਇਆ ਰੋਟੀ ਖਾਧੀ ਹੋਵੇ ਫਿਰ ਵੀ 5 ਖਾ ਦੂੰਗਾ ਭਾਈ ਬਿਲਕੁਲ ਤੁਹਾਡੇ ਫੇਵਰਟ ਨੇ ਉਹ ਮਤਲਬ ਇੰਨੇ ਕੁ ਪਸੰਦ ਨੇ ਕੀ ਬਾਤ ਹੈ ਭਾਜੀ ਉਹ ਗਰਮੀਆਂ 'ਚ ਬਣਦੇ ਨੇ ਸੋ ਸੀਜ਼ਨ ਲੰਘ ਗਿਆ ਯਾਦ ਨਾ ਕਰਾ ਮੇਰੇ ਵੀਰ ਚਲੋ ਭਾਈ ਨਾ ਚੀਜ਼ਾਂ ਬਿਲਕੁਲ ਯਾਦ ਨਹੀਂ ਕਰਾਣੀਆਂ ਭਾਜੀ ਪੱਤੀ ਪਾ ਦੇ ਹੁਣ ਪੱਤੀ ਪਾ ਦੇ ਬਿਲਕੁਲ ਚਮਚਾ 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 ਲਓ ਭਾਜੀ ਚਮਚਾ ਵੀ ਇੱਥੇ ਹੀ ਹੈ ਤੇ ਪੱਤੀ ਵੀ ਇੱਥੇ ਹੀ ਹੈ ਚਲੋ ਤੇ ਮਨਿੰਦਰ ਬੁੱਟਰ ਜੀ ਵੀ ਇੱਥੇ ਹੀ ਨੇ ਅੱਧਾ ਹੋਰ ਇੱਕ ਹੋਰ ਬਾਰੇ ਜਾ ਰਿਹਾ ਲਓ ਜੀ ਵਾਹ ਬਹੁਤ ਚਲੋ ਜੀ ਓਹ ਬਾੜ ਕਿਉਂ ਖੁਸ਼ਬੂ ਚੜ ਰਹੀ ਹੈ ਨਾ ਤੇਰੇ ਨੱਕ ਤੱਕ ਭਾਜੀ ਬਿਲਕੁਲ ਮੈਂ ਕਿਹਾ ਮਹਿਕਾ ਮਹਿਕਾ ਹੋ ਗਿਆ ਪੂਰਾ ਹੀ ਇਹ ਚਲੋ ਜੀ ਚਲੋ ਆਪਾਂ ਹੁਣ ਸਾਰਾ ਤੇਰਾ ਸਮਾਨ ਉੱਥੇ ਰੱਖ ਦਿੰਦੇ ਹਾਂ ਬਿਲਕੁਲ ਭਾਜੀ ਅੱਛਾ ਭਾਜੀ ਮੈਨੂੰ ਇਹ ਦੱਸੋ ਕਿਹੜੀ ਐਸੀ ਚੀਜ਼ ਹੈ ਜਿਹੜੀ ਤੁਸੀਂ ਆਪਣੇ ਬਾਪੂ ਸ਼੍ਰੀ ਜੀ ਤੋਂ ਲੁਕੋਈ ਆ ਸਹੇਲੀਆਂ ਵਾਲੀ ਗੱਲ ਛੱਡ ਕੇ ਮੈਂ ਇੱਕ ਵਾਰੀ ਮੇਰੀ ਗੱਡੀ ਦਾ ਹੋ ਗਿਆ ਐਕਸੀਡੈਂਟ ਅੱਛਾ ਜੀ ਤੇ ਮੈਂ ਮਹੀਨਾ ਹੀ ਗੱਡੀ ਸਹੀ ਕਰਾ ਲਈ ਚੋਰੀ ਛੁੱਪੇ ਗੱਡੀ ਸੀ ਕੀ ਕਰਦਿਆਂ ਦੇ ਨਾਮ ਤੇ ਓਕੇ ਫਿਰ ਮੈਂ ਆਪਣੇ ਕਜ਼ਨ ਨੂੰ ਕਿਹਾ ਕਿ ਪਾਵਰ ਆਫ ਅਟਰਨੀ ਕੁਛ ਹੁੰਦੀਆਂ ਆ ਸਾਈਨ ਕਰਾ ਕੇ ਦੇ ਦੇ ਕਰਦਿਆਂ ਦੇ ਉਹ ਬਹਾਨੇ ਲਾ ਕੇ ਸਾਈਨ ਕਰਾ ਲਏ ਗੱਡੀ ਦੀ ਇੰਸ਼ੋਰੈਂਸ ਸੀ ਸਹੀ ਹੋ ਗਈ ਮੈਂ ਡੇਢ ਕੁ ਮਹੀਨੇ ਬਾਅਦ ਘਰੇ ਗਿਆ ਗੱਡੀ ਲੈ ਕੇ ਅੱਛਾ ਜੀ ਤੇ ਡੈਡੀ ਦੀ ਉਦੋਂ ਸ਼ਾਮ ਨੂੰ ਘੁੱਟਕ ਲੱਗੀ ਹੋਈ ਸੀ ਡੈਡੀ ਨੇ ਗੇੜੇ ਦਿੱਤੇ ਚਾਰੇ ਪਾਸੇ ਗੱਡੀ ਦੇ ਇੱਦਾਂ ਕਰਕੇ ਗੇੜੇ ਦੇ ਕੇ ਮੈਨੂੰ ਕਹਿੰਦੇ ਹਾਂ ਵੀ ਉਰੇ ਆਵਾਂ ਹਾਂਜੀ ਕਹਿੰਦੇ ਤੈਨੂੰ ਪਤਾ ਮੈਂ ਤੇਰਾ ਪਿਓ ਹਾਂ ਮੈਨੂੰ ਸਭ ਕੁਝ ਪਤਾ ਤੇਰਾ ਅੱਛਾ ਮੈਂ ਕਿਹਾ ਕੀ ਹੋ ਗਿਆ ਜੀ ਅੱਛਾ ਕਹਿੰਦੇ ਗੱਡੀ ਸਹੀ ਕਰਾ ਲਈ ਮੈਂ ਕਿਹਾ ਹਾਂਜੀ ਸਹੀ ਕਰਾ ਲਈ ਸੋ ਉਹ ਦਿਨ ਡੈਡੀ ਨੇ ਕਿਹਾ ਕਿ ਜੋ ਕੁਛ ਵੀ ਤੇਰੀ ਲਾਈਫ 'ਚ ਹੁੰਦਾ ਜੇ ਤੂੰ ਮੇਰੇ ਨਾਲ ਦੱਸੇਗਾ ਮੈਨੂੰ ਦੱਸੇਗਾ ਤਾਂ ਮੈਨੂੰ ਕੋਈ ਚੱਕਰ ਨਹੀਂ ਪਰ ਤੂੰ ਚੰਗਾ ਮਾੜਾ ਮੈਨੂੰ ਮੇਰੇ ਨਾਲ ਸ਼ੇਅਰ ਕਰ ਲਿਆਗਾ ਬਿਲਕੁਲ ਤੋ ਡੈਡੀ ਨੂੰ ਕਹਿੰਦਾ ਮੈਨੂੰ ਉਦੋਂ ਨਹੀਂ ਪਤਾ ਜਦੋਂ ਤੇਰੀ ਗੱਡੀ ਦਾ ਐਕਸੀਡੈਂਟ ਹੋਇਆ ਕਹਿੰਦਾ ਮੈਂ ਚੁੱਪ ਸੀ ਵੀ ਦੇਖਦੇ ਹਾਂ ਆਪ ਕਦੋਂ ਦੱਸਦਾ ਇਹ ਕਿਤੇ ਪਤਾ ਲੱਗ ਗਿਆ ਭਾਜੀ ਇਹ ਕਮਾਲ ਆ ਹੁਣ ਇਹ ਬਾਪੂ ਸ਼੍ਰੀ ਨੂੰ ਪਤਾ ਕਿਹੜੇ ਲੈਵਲ 'ਤੇ ਉਹਨਾਂ ਨੇ ਡਿਟੈਕਟਿਵ ਛੱਡੇ ਹੋਏ ਸੀ ਕਹਿੰਦਾ ਮੈਨੂੰ ਉਦੋਂ ਨਹੀਂ ਪਤਾ ਚੱਲ ਗਿਆ ਡੈਡੀ ਕਹਿੰਦਾ ਵੀ ਜਿੱਦਣ ਤੇਰੀ ਗੱਡੀ ਵੱਜੀ ਸੀ ਮੈਨੂੰ ਸੇਮ ਡੇ ਪਤਾ ਚੱਲਿਆ ਇਹਦਾ ਐਕਸੀਡੈਂਟ ਹੋ ਗਿਆ ਚੱਲ ਦੇਖਦੇ ਹਾਂ ਮੈਨੂੰ ਕਦੋਂ ਦੱਸਦਾ ਅੱਛਾ ਜੀ ਕਹਿੰਦੇ ਕੋਈ ਵੀ ਰੌਲੇ ਹੁੰਦੇ ਦੱਸ ਦਿਆ ਕਰੋ ਫਿਰ ਉਹ ਤੋਂ ਮੈਂ ਹਰ ਗੱਲ ਆਵੇ ਡੈਡੀ ਸ਼੍ਰੀ ਨਾਲ ਸ਼ੇਅਰ ਕਰਨਾ ਕੀ ਬਾਤ ਹੈ ਮਤਲਬ ਕਿ ਘਰਦਿਆਂ ਨੂੰ ਨਾ ਗੱਲ ਜ਼ਰੂਰ ਦੱਸਣੀ ਚਾਹੀਦੀ ਆ ਜ਼ਰੂਰ ਹਨਾ ਆਪਾਂ ਭਾਜੀ ਮਿੱਠਾ ਪਾਇਆ ਨਹੀਂ ਓਏ ਆਪਣੀ ਤਾਂ ਪੱਤੀ ਥੱਲੇ ਲੱਗ ਜਾਣੀ ਓਹੋ ਪਾਣੀ ਗਿਆ ਪਾਣੀ ਪਾ ਥੋੜਾ ਪਾਣੀ ਪਾਣੀ ਥੋੜਾ ਪਾਣੀ 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 ਗੱਲਾਂ ਗੱਲਾਂ ਥੋੜਾ ਥੋੜਾ
ਲੋ ਭਾਜੀ ਦੱਸੋ ਭਾਜੀ ਪੇਚਾ ਮੇਰੀ ਰਿਜ ਰਿਜ ਕਮਲੀ ਹੋਈ ਹੋ ਗਈ ਸੀ ਨਾ ਕਮਲੀ ਬਿਲਕੁਲ ਭਾਜੀ ਚਲੋ ਜੀ ਹੁਣ ਥੋੜਾ ਜਿਹਾ ਇੱਕ ਅੱਧਾ ਵਾਲ ਆਪਾਂ ਹੋਰ ਦਵਾਉਣਾ ਜਿਵੇਂ ਤੁਸੀਂ ਭਾਜੀ ਡੇਢ ਮਹੀਨੇ ਤੋਂ ਬਾਪੂ ਜੀ ਦੇ ਡਰ ਤੋਂ ਘਰੇ ਨਹੀਂ ਨਾ ਗਏ ਉਵੇਂ ਭਾਜੀ ਬਾਪੂ ਜੀ ਦੀ ਗੱਲ ਤੋਂ ਵੀ ਰਿਜ ਰਿਜ ਕਮਲੀ ਰਿਜ ਕਮਲੀ ਹੋ ਗਈ ਤੂੰ ਚੀਨੀ ਹੁਣ ਤੂੰ ਵੈਸੇ ਤਾਂ ਮੈਂ ਗੁੜ ਵਾਲੀ ਚਾਹ ਪੀਣਾ ਅੱਛਾ ਜੀ ਚਲੋ ਹੁਣ ਚੀਨੀ ਵਾਲੀ ਪੀ ਲੈਂਦੇ ਹਾਂ ਤੇਰੇ ਕਰਕੇ ਭਾਜੀ ਗਾਣਾ ਗਾ ਕੇ ਪੀਓ ਬਣਾ ਕੇ ਪੀਓ ਬਣਾ ਕੇ ਬਿਲਕੁਲ ਭਾਜੀ ਮੈਨੂੰ ਪਤਾ ਸਭ ਲਾ ਰਿਹਾ ਵੇ ਤੂੰ ਵਿਆਹ ਨੀ ਕਰਨਾ ਮੇਰੇ ਨਾਲ ਯਾਰੀ ਤੇਰੀ ਵੇ ਯਾਰੀ ਜਿਸਮਾਂ ਤੱਕ ਹੈ ਸਾਰੀ ਦੀ ਸਾਰੀ ਯਾਰੀ ਯਾਰੀ ਭਾਜੀ ਦੁੱਧ ਵੀ ਆਣ ਦੀ ਹੈ ਖੜਦੇ 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 ਚੀਨੀ ਆਪਾਂ ਦਿੱਤੀ ਆ ਪਾ ਲਓ ਜੀ ਦੁੱਧ ਕਿੱਥੋਂ ਲਵਾਇਆ ਹੋਏ ਭਾਜੀ ਇੱਕ ਬਹੁਤ ਹੀ ਵਧੀਆ ਬੰਦਾ ਭਾਜੀ ਇੱਥੇ ਘਰੇ ਫੜਾ ਕੇ ਜਾਂਦਾ ਅੱਛਾ ਭਾਜੀ ਹੁਣ ਇਹਨੂੰ ਦੁੱਧ ਪਾ ਕੇ ਤੁਸੀਂ ਭੁੱਲ ਜਾਣਾ ਠੀਕ ਹੈ ਜੀ 11 ਵਾਲਾਂ ਤੱਕ ਠੀਕ ਹੈ ਭੁੱਲ ਜਾਣਾ ਵੀ ਅਸੀਂ ਚਾਹ ਵੀ ਰੱਖੀ ਹੈ ਹੋਰ ਸੁਣਾ ਭਾਜੀ ਸਖੀਆਂ ਜ਼ਿਆਦਾ ਤੰਗ ਕਰਦੀਆਂ ਕਿ ਮੱਖੀਆਂ ਜ਼ਿਆਦਾ ਤੰਗ ਕਰਦੀਆਂ ਦੇਖੋ ਮੱਖੀਆਂ ਤਾਂ ਕਦੇ ਕਦੇ ਗਰਮੀ ਤੰਗ ਕਰਦੀਆਂ ਹਨਾ ਬਿਲਕੁਲ ਭਾਜੀ ਜ਼ਿਆਦਾ ਗਰਮੀ 'ਚ ਤੰਗ ਕਰਦੀਆਂ ਬਿਲਕੁਲ ਸਖੀਆਂ ਦਾ ਕੋਈ ਰੁੱਤ ਹੀ ਨਹੀਂ ਹੈ ਕੋਈ ਗਰਮੀ ਨਹੀਂ ਕੋਈ ਸਰਦੀ ਨਹੀਂ ਇਹ ਸਾਰਾ ਸਾਲ ਤੰਗ ਕਰਦੀਆਂ ਸਾਰਾ ਸਾਲ ਬਾਰੇ ਸਾਰਾ ਸਾਲ ਤੰਗ ਕਰਦੀਆਂ ਤੇਰੀਆਂ ਕਿੰਨੀਆਂ ਸਖੀਆਂ ਨੇ ਵੈਸੇ ਨਹੀਂ ਭਾਜੀ ਕੋਈ ਸਖੀ ਨਹੀਂ ਸੱਚ ਦੱਸ ਨੋ ਨਹੀਂ ਭਾਜੀ ਬਿਲਕੁਲ ਨਹੀਂ ਆਪਾਂ ਤਾਂ ਕਿ ਨਾ ਨੋ ਸਖੀ ਨੋ ਸਖੀ ਭਾਜੀ ਆਪਾਂ ਚਿਲ ਲਾਈਫ ਇੰਜੋਏ ਚਾਹ ਬਣਾਈ ਦੀ ਹੈ ਪੀ ਦੀ ਹੈ ਸੌਂਦਾ ਹੈ ਬਸ ਬਿਲਕੁਲ ਭਾਜੀ ਫੇਰ ਠੀਕ ਹੈ ਵਧੀਆ ਵਧੀਆ ਤੁਸੀਂ ਵਧੀਆ ਰਸਤੇ ਤੇ ਜਾ ਰਹੇ ਹੋ ਹੈਨਾ ਸਖੀ ਬਣਾਉਣੀ ਵੀ ਨਹੀਂ ਕੋਈ ਹਾਂ ਕੋਈ ਕਿਸੇ ਯਾਰ ਦੋਸਤ ਦਾ ਕਿੱਸਾ ਹੋਵੇ ਭਾਜੀ ਜਿਹਨੇ ਉਹਦੀ ਸਖੀ ਨੇ ਬਹੁਤ ਜ਼ਿਆਦਾ ਤੰਗ ਕੀਤਾ ਹੋਵੇ ਦੇਖੋ ਸਖੀਆਂ ਸਾਰੇ ਪਾਸੇ ਅੱਜ ਕੱਲ ਇੰਨੀਆਂ ਐਪਲੀਕੇਸ਼ਨ ਆ ਗਈਆਂ ਕੋਈ ਨਾ ਕੋਈ ਕਿਤੇ ਫਸ ਜਾਂਦਾ ਅੱਛਾ ਕਿਉਂਕਿ ਸਹੇਲੀਆਂ ਥੋੜੀਆਂ ਡਿਟੈਕਟਿਵ ਹੁੰਦੀਆਂ ਜਿਹੜਾ ਕਿਤੇ ਵੱਜ ਫਿਰ ਆਸੇ ਪਾਸੇ ਸਾਨੂੰ ਪਤਾ ਚੱਲਦਾ ਰਹਿੰਦਾ ਇੱਧਰੋਂ ਉਹ ਲੜ ਰਿਹਾ ਉਹ ਲੜ ਰਿਹਾ ਇਹ ਚੱਲਦਾ ਰਹਿੰਦਾ ਅੱਛਾ ਜੀ ਮੈਂ ਹੁਣ ਨਾਮ ਤਾਂ ਨਹੀਂ ਲੈਣੇ ਮੇਰੇ ਮਿੱਤਰ ਮੈਂ ਖੁਦ ਇਹੋ ਜਿਹਾ ਮੈਂ ਖੁਦ ਬਹੁਤ ਮੈਂ ਹੁਣ ਸ਼ਾਂਤ ਹਾਂ ਪਰ ਜਦੋਂ ਅਗਰੈਸਿਵ ਨਾ ਬਹੁਤ ਹੋਏ ਨਾ ਅੱਛਾ ਜੀ ਜਦੋਂ ਮਤਲਬ ਮੈਂ ਫਸਦਾ ਤਾਂ ਨਹੀਂ ਹੈ ਨਹੀਂ ਨਹੀਂ ਓ ਹੋ ਲੋ ਇਹ ਹੁੰਦਾ ਇੱਕ ਬਾਤ ਇੱਕ ਵਾਲਾ ਆ ਚੁੱਕਿਆ ਆਪਣਾ ਹਾਂ ਤਾਂ ਮੈਂ ਫਸਦਾ ਤਾਂ ਨਹੀਂ ਹੈਗਾ ਕਿਉਂਕਿ ਮੈਂ ਕੁਛ ਕਰਦਾ ਹੀ ਨਹੀਂ ਤੂੰ ਵੈਸੇ ਮੈਨੂੰ ਫਸਾਉਣ ਨਹੀਂ ਫਿਰਦਾ ਗੱਲਾਂ 'ਚ ਪਰ ਮੇਰੇ ਨਾਲ ਦੇ ਜਿੰਨੇ ਵੀ ਹੈ ਮੈਂ ਦੇਖਦਾ ਰਹਿੰਦਾ ਕਿ ਸਖੀਆਂ ਨਾਲ ਲੜਾਈਆਂ ਅੱਜ ਕੱਲ੍ਹ ਬਹੁਤ ਹੁੰਦੀਆਂ ਬਹੁਤ ਹੁੰਦੀਆਂ ਜਿੰਨੀਆਂ ਜਿੰਨੀਆਂ ਐਪਾਂ ਆਈ ਜਾਂਦੀਆਂ ਉਵੇਂ ਲੜਾਈਆਂ ਵਧੀਆਂ ਆਉਂਦੀਆਂ ਯਾਰ ਇਹ ਮਤਲਬ ਕਿ ਐਪਾਂ ਦਾ ਚੱਕਰ ਹੈ ਸਾਰਾ ਇਹ ਐਪਾਂ ਦਾ ਹੀ ਚੱਕਰ ਆ ਸਾਰਾ ਕਦੇ ਕਿਹੜੀ ਆ ਗਈ ਕਦੇ ਕਿਹੜੀ ਆ ਗਈ ਐਪ ਨਵੀਂ ਚਲੋ ਭਾਜੀ ਹੁਣ ਫਿਰ ਪੁਣ ਲਈਏ ਚਾਹ ਚਾਹ ਆਪਣੇ ਦੋ ਕਬਾਲੇ ਰਹਿ ਗਏ ਬਸ ਦੋ ਕਬਾਲੇ ਮਤਲਬ ਕਿ ਅਸੀਂ ਦਸਵੇਂ ਵਾਲੇ ਤੇ ਫਿਰ ਰਹੇ ਹਾਂ ਭਾਜੀ ਆਪਾਂ ਦਸਵੇਂ ਤੇ ਫਿਰ ਰਹੇ ਹਾਂ ਲੈ ਵੀ ਕਰਦੀ ਬੰਦ ਹਾਂਜੀ ਹਾਂਜੀ ਭਾਜੀ ਇਹ ਅਲੋ ਜੀ ਕਿਉਂ ਬਿਲਕੁਲ ਭਾਜੀ ਆਦੇ ਮੂੰਹ ਛਾਲਾ ਮਾਰ ਮਾਰ ਕਹਿ ਰਹੀ ਹੈ ਚਾਹ ਕੀ ਮੈਂ ਇੰਨੀ ਵਧੀਆ ਬਣੀ ਹੈ ਵੇ ਪਾ ਰਿਹਾ ਮੈਨੂੰ ਪੀ ਜਾ ਪੀ ਜਾ ਕਿੱਥੇ ਕੀ ਚਾਹ ਪਾਉਣੀ ਉਹ ਆ ਰਹੀ ਜੀ ਆ ਰਹੀ ਇਹ ਉਹ ਚੀਜ਼ ਆ ਜਿਹੜੀ ਘਰੇ ਬਹੁਤ ਔਖੀ ਲੱਭਦੀ ਹੈ ਇਹ ਤਾਂ ਗੱਲ ਹੈ ਭਾਜੀ ਬਹੁਤ ਔਖੀ ਲੱਭਦੀ ਹੈ ਜੇ ਚਾਹ ਬਣ ਜਾਂਦੀ ਹੈ ਫਿਰ ਤਾਂ ਜਮੀ ਲੱਭਦੀ ਕਦੇ ਕਦੇ ਬਿਲਕੁਲ ਭਾਜੀ ਪਰ ਤੇਰਾ ਕੰਮ ਮੈਂ ਦੇਖਿਆ ਸਿਸਟਮ ਵਾਲਾ ਗਾ ਸਾਰੀਆਂ ਚੀਜ਼ਾਂ ਕੋਲੇ ਕੋਲੇ ਰੱਖੀਆਂ ਥੈਂਕ ਯੂ ਭਾਜੀ ਭਾਜੀ ਬਿਲਕੁਲ ਭਾਜੀ ਸਿਸਟਮ ਨੇ ਚੱਲਣਾ ਪੈਂਦਾ ਸਿਸਟਮ ਨੇ ਚੱਲਣਾ ਆ ਲੈ ਭਾਈ ਲਓ ਜੀ 12 ਉਬਾਲਿਆਂ ਵਾਲੀ ਚਾਹ ਬਣ ਚੁੱਕੀ ਹੈ ਚੁੱਕੀ ਆ ਹੁਣ ਅਸੀਂ ਪੀਣੀ ਹੈ ਇਹ ਚਾਹ ਬਿਲਕੁਲ ਭਾਜੀ ਇਹ ਹੁਣ ਕੱਪਾਂ ਚ ਇਹਨਾਂ ਨੂੰ ਇੱਥੋਂ ਨਾ ਲਾ ਲਈਏ ਕੋਈ ਇੱਕ ਅੱਧਾ ਕੱਪ ਇੱਥੋਂ ਲਾਣਾ ਭਾਜੀ ਮੈਂ ਹੁਣ ਕੋਈ ਭਾਜੀ ਜਿਹੜਾ ਇਹ ਚ ਸਵਾਦ ਹੈ ਨਾ ਪੁਰਾਣੇ ਵਾਲਿਆ ਆ ਚਲੋ ਜੀ ਇਹ ਚ ਸਵਾਦ ਹੈ ਭਾਜੀ ਚਲੋ ਫਿਰ ਤੈਨੂੰ ਐਸ ਚ ਪਾ ਕੇ ਦਿੰਦੇ ਬਿਲਕੁਲ ਭਾਜੀ ਲੈ ਵੀ ਜੇ ਕੋਈ ਆਰਟਿਸਟ ਆਵੇ ਨਾ ਮੇਥੋਂ ਬਾਅਦ ਵੀ ਹਾਂਜੀ ਉਹਨੂੰ ਕਹਿ ਦਿਆ ਕਰੋ ਵੀ ਚਾਹ ਅਸੀਂ ਇੱਕੋ ਹੀ ਪੀਤੀ ਅੱਜ ਤੱਕ ਉਹ ਆ 11 ਵਾਲਿਆਂ ਵਾਲੀ 12 ਭਾਜੀ ਨਹੀਂ ਮੈਂ 11 ਰੱਖਿਆ ਮੇਰਾ ਲੱਕੀ ਨੰਬਰ 11 ਦੇਖੋ ਆ ਓਕੇ ਤੁਹਾਡੇ ਲਈ 12 ਸੀ ਬਣਾਇਆ 7 ਵੀ ਲੱਕੀ ਨੰਬਰ ਹੈ ਤੇ 11 ਵੀ ਲੱਕੀ 11 ਵੀ ਲੱਕੀ ਨੰਬਰ ਹੈ ਬਿਲਕੁਲ ਭਾਜੀ ਆਪਾਂ ਹੁਣ ਚੱਲੀਏ ਬੈਠ ਕੇ ਬਿਲਕੁਲ ਬੈਠ ਕੇ ਇੰਜੋਏ ਕਰ ਰਹੇ ਖੜਕਾ ਕੇ ਹਾਂ ਇਹ ਆ ਪਰੇ ਹਾਂ ਇਹ ਵੀ ਲੈ ਲਈਏ ਓ ਹੋ ਹੋ ਸਪੈਸ਼ਲ ਟੋਸਟ ਇਹ ਦੀ ਸਟਾਲ ਦੇ ਸਪੈਸ਼ਲ ਨੇ ਬਟਰ ਟੋਸਟ ਇਹ ਵੀ ਆਪਾਂ ਟੇਸਟ ਕਰਦੇ ਹਾਂ ਆਜੋ ਚਲੋ ਜੀ ਕੀ ਬਾਤ ਹੈ ਭਾਜੀ ਚਾਹ ਇੱਕ ਵਾਰੀ ਟੇਸਟ ਤੇ ਰੋਹ ਜਾਈਏ ਓਏ ਹੋਏ 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 ਭਾਜੀ ਸੱਚੀ ਐਂਟੀ ਕਰਾ ਛੱਡੀ ਹੈ ਕਮਾਲ ਹੀ ਹੋ ਗਈ ਚਾਹ ਆਉਂਦਾ ਟੇਸਟ ਮਲੱਠੀ ਦਾ ਭਾਜੀ ਸੱਚੀ ਮਲੱਠੀ ਦਾ ਟੇਸਟ ਆਇਆ ਤੈਨੂੰ ਬਿਲਕੁਲ ਭਾਜੀ ਉਹ ਖਤਮਾ ਮਲੱਠੀ ਦਾ ਪਾਈ ਹੋਣੀ ਆਪਾਂ ਭਾਜੀ ਹੁਣ ਤੁਹਾਨੂੰ ਕਿਵੇਂ ਟੇਸਟ ਆ ਗਿਆ ਸੌਂਫ ਪਾਈ ਹੈ ਹਾਂ ਮੈਂ ਉਹੀ ਉਹਦਾ ਟੇਸਟ ਉਹੀ ਗਿਣਾਉਣ ਲੱਗਾ ਸੀ ਭਾਜੀ ਮੈਂ ਮੈਨੂੰ ਕਨਫਿਊਜ਼ ਕਰ ਰਿਹਾ ਭਾਜੀ ਆਪਾਂ ਹੋਣਾ ਨਹੀਂ ਚਲੋ ਚਲੋ ਅੱਛਾ ਭਾਜੀ ਤੁਹਾਡਾ ਕੋਈ ਉੱਲੂ ਦੋਸਤ ਹਨਾ ਜਿਹਨੂੰ ਤੁਸੀਂ 2 ਵਜੇ ਵੀ ਫੋਨ ਕਰਦੇ ਹੋ ਰਾਤੀ 4 ਵਜੇ ਵੀ ਫੋਨ ਕਰਦੇ ਹੋ ਉਹਦਾ ਇੱਕੋ ਜਵਾਬ ਹੁੰਦਾ ਯਾਰ ਕਿੱਥੇ ਆਣਾ ਕੀ ਗੱਲ ਕੀ ਹੋਈ ਹੈ ਇੱਦਾਂ ਦੇ ਬਾਹਲੇ ਦੋਸਤ ਨੇ ਮੇਰੇ ਯਾਰ ਮਤਲਬ ਆਪਣੀ ਇੰਡਸਟਰੀ 'ਚ ਸਾਰੇ ਜਾਣੇ ਰਾਤ ਨੂੰ ਹੀ ਕੰਮ ਕਰਦੇ ਨੇ ਬਿਲਕੁਲ ਭਾਜੀ ਮਿਊਜ਼ਿਕ ਬਣਾਉਣ ਬੈਠਾ ਕੋਈ ਆਪਣੀ ਡਬਿੰਗ ਕਰਨ ਗਿਆ ਜੀ ਜ਼ਿਆਦਾਤਰ ਸਾਰੇ 4-5 ਵਜੇ ਤੱਕ ਜਾਗਦੇ ਰਹਿੰਦੇ ਆ ਜੀ ਮਤਲਬ ਉੱਲੂ ਦੋਸਤਾਂ 'ਚ ਮੈਂ ਕਹੂੰਗਾ ਵੀ ਸਾਰੇ ਹੀ ਨੇ ਸਾਰਿਆਂ ਦਾ ਨਾਮ ਹੀ ਲੈਣਾ ਚਾਹੁੰਦਾ ਮੈਂ ਤਾਂ ਸਾਰੇ ਹੀ ਜਾਗਦੇ ਰਹਿੰਦੇ ਨੇ ਮੈਂ ਖੁਦ 5-6 ਵਜੇ ਸੌਂਦਾ ਸਵੇਰੇ ਅੱਛਾ ਜੀ ਅਤੇ ਤੁਹਾਨੂੰ ਭਾਅ ਜੀ 4-5 ਵਜੇ ਕਿਹਦਾ ਫੋਨ ਆਉਂਦਾ
ਜਾਂ ਤੁਸੀਂ ਕਿਹਨੂੰ ਕਰਦੇ ਹੋ? ਮੈਂ ਜ਼ਿਆਦਾ ਖੈਰੀ ਨੂੰ ਜ਼ਿਆਦਾ ਫੋਨ ਕਰਦਾ ਵੀ ਕਿੱਥੇ ਆ। ਅੱਛਾ ਜੀ, ਕਿਉਂਕਿ ਇਹ ਜ਼ਰੂਰੀ ਨਹੀਂ ਕਿ ਅਸੀਂ ਕੰਮ ਲਈ ਮਿਲਦੇ ਹਾਂ। ਉੱਦਾਂ ਹੀ ਵੀ ਖਰੇ ਕਿੱਥੇ ਹਾਂ। ਇੱਥੇ ਚੱਲ ਮੈਂ ਆ ਗਿਆ, ਆਪਾਂ ਬਹਿੰਦੇ ਹਾਂ, ਬੈਠ ਕੇ ਗੱਲਾਂ ਬਾਤਾਂ ਕਰਦੇ ਰਹੀਦਾ, ਕੁਛ ਸੋਚਦੇ ਰਹੀਦਾ, ਕੁਛ ਪਲੈਨ ਆਊਟ ਹੁੰਦਾ ਰਹਿੰਦਾ, ਖੈਰੇ ਹੋਣਾ ਦਾ ਕੁਛ ਚੱਲਦਾ ਰਹਿੰਦਾ, ਮੇਰਾ ਕੁਛ ਗਾਣਾ ਚੱਲਦਾ ਰਹਿੰਦਾ ਜੀ, ਇੱਕ ਦੂਜੇ ਨੂੰ ਕੰਮ ਸੁਣਾਉਂਦੇ ਰਹਿੰਦੇ ਹਾਂ ਜੀ। ਓਕੇ, ਅਤੇ ਭਾਅ ਜੀ ਜਦੋਂ ਫਿਰ ਰਾਤੀ ਨਾ ਕੰਮ ਕਰਦੇ ਕਰਦੇ ਮੂਡ ਬਣ ਜਾਂਦਾ ਗੇੜੀ ਮਾਰਨ ਦਾ, ਫਿਰ ਗੇੜੀ ਮਾਰਨ ਭਾਅ ਜੀ ਕਿੱਥੇ ਨਿਕਲ ਜਾਂਦੇ ਹੋ? ਮੋਹਾਲੀ ਦੀਆਂ ਸੜਕਾਂ 'ਤੇ। ਮੋਹਾਲੀ ਦੀਆਂ ਸੜਕਾਂ 'ਤੇ, ਏਅਰਪੋਰਟ ਰੋਡ ਸਿੱਧਾ। ਅੱਛਾ, ਉਹ ਗਾਂ ਤੋਂ ਵਾਪਸ ਲਿਆਏ ਫਿਰ ਅੰਦਰ ਲਿਆਂਦਾ ਬਸ। ਮਤਲਬ ਜੇ ਕਈ ਵਾਰ ਇੱਦਾਂ ਹੁੰਦਾ ਕਿ ਬੀਟ ਬਹੁਤ ਘੈਂਟ ਬਣ ਗਈ ਅਤੇ ਇਹ 'ਤੇ ਕੁਛ ਲਿਖਣਾ ਨਹੀਂ ਲਿਖਿਆ ਜਾ ਰਿਹਾ ਜੀ, ਜ਼ਿਆਦਾਤਰ ਤਾਂ ਆਪਾਂ ਸਟੂਡੀਓ 'ਚ ਬੈਠੇ ਬੈਠੇ ਲਿਖਦੇ ਹਾਂ, ਫਿਰ ਮੈਂ ਸੋਚਦਾ ਕਿ ਨਿਕਲ ਜੇ ਕਿਤੇ ਬਾਹਰ ਚੱਲਦੇ ਹਾਂ, ਕੁਛ ਦੇਖਦੇ ਹਾਂ, ਕੁਛ ਲਿਖਦੇ ਹਾਂ, ਕਿਉਂਕਿ ਉਹ ਬਾਹਰ ਹੀ ਦੁਨੀਆ ਹੀ ਸਾਰੇ ਗਾਣੇ ਤੁਰੇ ਫਿਰਦੇ ਆ, ਕਰੈਕਟਰ ਨੇ ਲੋਕ ਆਪਣੇ ਆਪ 'ਚ ਸਾਰੇ। ਬਿਲਕੁਲ ਭਾਅ ਜੀ ਯਾਰ, ਕਮਾਲ ਆ ਸੱਚੀ, ਮਤਲਬ ਇੱਦਾਂ ਹੁੰਦੀ ਆ ਕ੍ਰੀਏਟੀਵਿਟੀ। ਭਾਅ ਜੀ ਕਿੱਦਾਂ ਦੀ ਲੱਗੀ ਫਿਰ ਚਾਹ? ਚਾਹ ਬਹੁਤ ਘੈਂਟ ਸੀ, ਆਪ ਹੀ ਬਣਾਈ ਸੀ ਗੁਰੂ ਆ, ਮਾੜੀ ਥੋੜ੍ਹੀ ਕਹਿਣਾ। ਉਹ ਤਾਂ ਭਾਅ ਜੀ ਫਿਰ ਫਾਰਮੈਲਿਟੀ ਵੀ ਹੁੰਦਾ ਨਾ। ਚਾਹ ਬਹੁਤ ਵਧੀਆ ਸੀ, ਹਾਂਜੀ, ਇਹਦੀਆਂ ਮਟਰੀਆਂ ਬਹੁਤ ਵਧੀਆ ਸੀ, ਬਾਕੀ ਇਹਨੇ ਜਿਹੜਾ ਸਮਾਨ ਰੱਖਿਆ ਚਾਹ ਵਾਲਾ ਉਹ ਬਹੁਤ ਵਧੀਆ, ਐਂਡ ਮਤਲਬ ਸਿੰਪਲ ਸਿੰਪਲ ਐਂਡ। ਪਰ ਹੱਗ ਵਾਲੀ ਜਿਹੜੀ ਤੇਰੀ ਚਾਹ ਗਈ ਨਾ, ਜਿਹੜੀ ਮੈਨੂ 'ਚ ਲਿਖੀ, ਹਾਂਜੀ ਭਾਅ ਜੀ, ਉਹ ਆਪਣੀ ਹੱਗ ਦੀ ਜਗ੍ਹਾ ਕਿਸੇ ਹੋਰ ਦੀ ਰੱਖ, ਫਿਰ ਤੇਰੀ ਸਟਾਲ ਹੋਰ ਜ਼ਿਆਦਾ ਚੱਲਣੀ। ਅੱਛਾ ਅੱਛਾ, ਮੇਰੇ 'ਤੇ ਯਕੀਨ ਰੱਖ, ਤੇਰੀ ਸਟਾਲ ਬਹੁਤ ਜ਼ਿਆਦਾ ਚੱਲ ਜਾਣੀ ਫਿਰ। ਭਾਅ ਜੀ ਮਤਲਬ ਤੁਸੀਂ ਮੇਰਾ ਖਰਚਾ ਵਧਾ ਰਹੇ ਹੋ, ਹੈ ਨਾ? ਉਸਤਾਦ ਤੇਰਾ ਖਰਚਾ ਤਾਂ ਵਧੂ ਆ, ਪਰ ਕਮਾਈ ਕਿੰਨੀ ਆ? ਬਿਜ਼ਨਸ ਮਾਈਂਡਡ ਬੰਦਾ ਤੂੰ, ਬਸ ਹੱਗ ਉੱਥੇ ਇਹ ਨਾ ਲਿਖੇ ਵੀ ਆਪਣੇ ਆਪ ਨੂੰ ਹੱਗ ਕਰਨੀ ਆ। ਅੱਛਾ, ਉੱਥੋਂ ਕੱਟ ਦੇ ਪਾਰਾ। ਠੀਕ ਹੈ ਠੀਕ ਹੈ ਨਾ, ਪਾਰਾ ਮਤਲਬ ਫਿਰ ਤੇਰੀ ਚਾਹ 'ਤੇ ਚਾਹ ਵਿਕਣੀ। ਮਤਲਬ ਮੈਂ ਹੱਗ ਕੱਟ ਦਿੱਤੀ, ਫਿਰ ਮੇਰੀ ਚਾਹ 'ਤੇ ਚਾਹ ਵਿਕਣੀ ਆ, ਉੱਦਾਂ ਮੇਰਾ ਔਖਾ ਹੈ। ਭਾਅ ਜੀ ਜਦੋਂ ਚੜ੍ਹਿਆ ਸਾਲ 2019, ਤੁਸੀਂ ਬਾਹਾਂ 'ਚ ਚੱਕ ਲੈਂਦੇ ਹੋ ਗਾਣੇ 'ਚ ਕੋਈ ਵੀ ਮੁੰਨੀ, ਮਤਲਬ ਇੰਨਾ ਸ਼ਾਹੀ ਮੁੰਡਾ, ਇੰਨਾ ਦਲੇਰ ਕਿੱਦਾਂ ਹੋ ਗਿਆ, ਕਿਸ ਤਰ੍ਹਾਂ? ਇਹ ਬਸ ਮਿਹਰ ਹੋਈ ਹੈ ਮੇਰੇ 'ਤੇ ਕਿਸੇ ਰੋਮੈਂਟਿਕ ਬੰਦੇ ਦੀ। ਕਿਆ ਬਾਤ ਹੈ ਭਾਅ ਜੀ। ਅਤੇ ਬਾਕੀ ਇਹ ਕਿ ਹਰ ਮਤਲਬ ਜਿਹੜਾ ਮੈਂ ਸ਼ੋਟ ਦੇਣਾ, ਸਭ ਤੋਂ ਔਖਾ ਮੈਨੂੰ ਰਿਹਾ ਕਿ ਇੱਕ ਤੇਰਾ 'ਚ, ਕਿਉਂਕਿ ਉਦੋਂ 4B ਦੇ ਉਹ ਡਰੈਸ ਪਾਈ ਹੋਈ ਸੀ, ਉਹ 12-15 ਕਿਲੋ ਤਾਂ ਇਕੱਲੀ ਡਰੈਸ ਹੀ ਹੁੰਦੀ ਆ। ਤੁਸੀਂ ਉਹਦੇ ਗਾਣੇ 'ਚ ਵੀ ਦੇਖੋਗੇ, ਜਦੋਂ ਮੈਂ ਉਹਨੂੰ ਚੱਕਦਾ ਮੇਰਾ ਬਹੁਤ ਜ਼ੋਰ ਲੱਗਿਆ ਹੋਇਆ, ਅਤੇ ਇੱਦਾਂ ਹੀ ਸ਼ੋਟ ਪਿਆ ਉਹ ਗਾਣੇ 'ਚ। ਓਕੇ, ਸੋ ਠੀਕ ਸੀ ਸਾਰੇ, ਐਕਸਪੀਰੀਅੰਸ ਵਧੀਆ ਸੀ। ਨਹੀਂ ਭਾਅ ਜੀ ਨੈਚੁਰਲ ਲੱਗਣ ਡਿਆ ਕਿ ਮਤਲਬ ਸੱਚੀ 'ਚ ਫੀਲ ਹੋ ਰਿਹਾ ਭਾਰ, ਹੈ ਨਾ? ਸਾਰੇ ਵਧੀਆ, ਬਾਕੀ ਕਿਸਮਤ ਵਾਲੇ ਹਨ। 4 ਮਹੀਨਿਆਂ 'ਚ 3 ਕੁੜੀਆਂ ਆਪਾਂ ਇੱਦਾਂ, ਹੈ ਨਾ? 4 ਮਹੀਨੇ 3 ਕੁੜੀਆਂ ਇੱਦਾਂ ਆਪਣੇ ਆਪ ਹੀ ਭਾਈ ਨੇ ਕਾਊਂਟਿੰਗ ਕੀਤੀ। ਕੀ ਬਾਤ ਹੈ ਭਾਅ ਜੀ, ਇਹ ਕੁਦਰਤੀ ਹੋ ਗਿਆ, ਮੈਂ ਥੋੜ੍ਹਾ ਦੱਸੋ ਕੋਈ ਗੁਣ ਗਾਣ ਪਤਾ ਜਿਹੜਾ ਜਿਹਨੇ ਦਰਦ ਹੁੰਦੀ ਭਾਈ ਤੁਹਾਡੇ? ਮੇਰੇ ਦਰਦ ਕਿਤੇ ਨਹੀਂ ਹੁੰਦੀ, ਜਿਹੜੇ ਰੋਮਾਂਟਿਕ ਬੰਦੇ ਨੇ ਮੇਰੇ ਤੇ ਛਤਰ ਛਾਇਆ ਕੀਤੀ ਹੈ, ਹਾਂਜੀ ਹਾਂਜੀ, ਮੈਂ ਉਹ ਨੰਬਰ ਦਊਂਗਾ ਤੇਰਾ। ਅੱਛਾ ਅੱਛਾ, ਫਿਰ ਉਹ ਚਾਹ ਲਈ ਗੇੜਾ ਮਾਰ ਦੂਗਾ ਨਾ? ਬਸ ਫਿਰ ਠੀਕ ਆ, ਫਿਰ ਅਸੀਂ ਉਹਨਾਂ ਦੀਆਂ ਲੱਤਾਂ ਲੁੱਤਾਂ ਘੁੱਟ ਲਾਂਗੇ। ਹੈ, ਇੱਕ ਆਰਟਿਸਟ ਹੀ ਆ ਦੇਖੋ। ਅੱਛਾ, ਨਾਮ ਮੈਂ ਲੈਣਾ ਨਹੀਂ। ਠੀਕ ਹੈ, ਆਜੂਗਾ ਕੋਈ ਨਹੀਂ, ਮੈਂ ਕਹੂੰਗਾ ਕਿ ਪਾਰੇ ਕੋਲ ਜਾ ਕੇ ਆਈ ਭਰਾ। ਚਲੋ ਠੀਕ ਹੈ ਭਾਅ ਜੀ। ਅੱਛਾ ਭਾਅ ਜੀ, ਮੈਨੂੰ ਨਾ ਇੱਕ ਬੜੀ ਵੱਡੀ ਕਨਫਿਊਜ਼ਨ ਹੈ, ਹੈ ਨਾ? ਸਾਰੇ ਮੈਨੂੰ ਕਹਿੰਦੇ ਰਹਿੰਦੇ ਜਾ ਪਾਰੇ ਯਾਰ ਦਿਮਾਗ ਨਾ ਖਾ, ਜਾ ਪਾਰੇ ਯਾਰ ਦਿਮਾਗ ਨਾ ਚੱਟ। ਇਹ ਭਾਅ ਜੀ ਦਿਮਾਗ ਆ ਜਿਹੜਾ, ਇਹ ਖਾਣ ਵਾਲੀ ਚੀਜ਼ ਹੈ, ਚੱਟਣ ਵਾਲੀ ਚੀਜ਼ ਹੈ? ਉਹ ਭਰਾਵਾ, ਤੂੰ ਦਿਮਾਗ ਖਾਣਾ ਵੀ ਹੈ ਅਤੇ ਤੂੰ ਦਿਮਾਗ ਚੱਟਦਾ ਵੀ ਹੈ, ਸਹੀ ਕਹਿੰਦੇ ਤੈਨੂੰ ਸਾਰੇ। ਅੱਛਾ, ਚਾਹ 'ਚ ਕੁਛ ਪਾਉਣ ਤਾਂ ਨਹੀਂ ਲੱਗ ਗਿਆ ਤੂੰ? ਨਹੀਂ ਨਹੀਂ ਭਾਅ ਜੀ, ਮੈਂ ਕੁਛ ਨਹੀਂ ਪਾਇਆ, ਚਾਹ ਤਾਂ ਤੁਸੀਂ ਆਪ ਬਣਾਈ ਹੈ ਭਾਅ ਜੀ। ਨਹੀਂ ਨਹੀਂ, ਮੈਥੋਂ ਪਹਿਲਾਂ ਵਾਲੀ ਚਾਹ ਵੀ ਹੋ ਸਕਦੀ ਹੈ। ਨਹੀਂ ਭਾਅ ਜੀ, ਮੇਰੇ ਵਾਲੀ ਤਾਂ ਦੇਖ ਸਾਫ਼ ਸੁਥਰੀ ਸੌਂਫ ਵਾਲੀ ਚਾਹ ਸੀ ਭਾਅ ਜੀ, ਕਲੀਨ। ਉਹਨੂੰ ਪੀ ਕੇ ਦੇਖ, ਸੁਰ ਨਿਕਲਦੇ ਨੇ, ਮਿੱਠੀਆਂ ਆਵਾਜ਼ਾਂ ਹੁੰਦੀਆਂ ਨੇ। ਬਿਲਕੁਲ ਭਾਅ ਜੀ, ਤਦੀ ਕੁੜੀਆਂ ਫੈਨ ਆ ਭਾਅ ਜੀ। ਮੈਂ ਸੁਣਾ ਭਰ ਜਾਂਦਾ ਇਹੋ ਜੀ ਚਾਹ ਮੇਰੀ ਤਾਂ। ਬਿਲਕੁਲ ਭਾਅ ਜੀ, 11 ਉਬਾਲਿਆਂ ਵਾਲੀ। 11 ਉਬਾਲਿਆਂ ਵਾਲੀ, ਮੇਰੇ ਕੋਲ ਤਾਂ ਬੋਲ ਨਹੀਂ ਹੋਣ ਡਿਆ ਭਾਈ ਨੇ, ਤਾਂ 11 ਉਬਾਲੇ ਵੀ ਦਵਾਤੇ। ਅੱਛਾ ਭਾਅ ਜੀ, ਥੋੜਾ ਬਹੁਤਾ ਕੋਈ ਗੁਰਮੰਤਰ, ਥੋੜਾ ਜਿਹਾ ਮਤਲਬ ਕਿੱਦਾਂ, ਮਤਲਬ ਫੈਨ ਫੂਨ ਹੁੰਦੇ, ਮਤਲਬ ਕਿੱਦਾਂ ਦੱਸਦਾ ਤੈਨੂੰ ਗੁਰਮੰਤਰ? ਇੱਥੋਂ ਦਰਦ ਕਰਦਾ ਸਾਨੂੰ ਵੀ ਕਿਸੇ ਨੇ ਗੁਰਮੰਤਰ ਦਿੱਤਾ, ਤੈਨੂੰ ਵੀ ਦਵਾਂਗੇ। ਉਸਤਾਦ ਮੇਰੇ ਨਾਲ ਅੱਜ ਸ਼ੋਲਡਰ ਲਾਏ ਆ। ਲੋ ਭਾਅ ਜੀ, ਲੋ ਸ਼ੋਲਡਰ, ਹਾਂ ਰੱਬ ਦੀ, ਹਾਂ ਸ਼ੋਲਡਰ ਵੀ ਤੋੜ ਦੇਣੇ ਭਾਅ ਜੀ, ਸੌਂ ਲੱਗੇ ਸੱਚੀ ਸ਼ੋਲਡਰ। ਹਾਂਜੀ ਹਾਂਜੀ ਭਾਅ ਜੀ, ਦੱਸੋ ਭਾਅ ਜੀ, ਬੈਠ ਆ ਜਾ, ਤੁਹਾਨੂੰ ਦੱਸਦੇ ਆ ਹੌਲੀ ਹੌਲੀ। ਨਹੀਂ ਨਹੀਂ ਭਾਅ ਜੀ, ਹੁਣ ਪਤਾ ਕੀ ਚੱਕਰ ਆ, ਹੁਣ ਮੇਰਾ ਦਿਲ ਲੱਗ ਗਿਆ ਭਾਅ ਜੀ ਹੁਣ ਮਸਾਜ ਦੇ ਵਿੱਚ। ਇੱਕ ਮਿੰਟ, ਮਜ਼ਾ ਆ ਰਿਹਾ ਨਾ? ਚਾਹ ਦੇ ਨਾਲ ਇੱਥੇ ਮੈਨੂ 'ਚ ਲਿਖਦੇ, ਅੱਛਾ ਆ ਚੀਜ਼ ਵੀ ਲਿਖਦੇ ਕਿ ਮਸਾਜ, ਮਸਾਜ ਟਕ 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 ਟਕ, ਇਹ ਲਿਖਣਾ ਔਖਾ ਹੋਣਾ ਭਾਅ ਜੀ, ਇਹ ਤੂੰ ਬਾਏ ਪਾਰਾ ਲਿਖ, ਮਸਾਜ ਬਾਏ ਪਾਰਾ, ਇਹ ਤੂੰ ਬਾਏ ਪਾਰਾ ਲਿਖ। ਠੀਕ ਹੈ ਭਾਅ ਜੀ, ਦਵਾਂਗੇ ਤੈਨੂੰ ਗੁਰਮੰਤਰ। ਅੱਛਾ ਜੀ, ਟਾਈਮ ਲੱਗਦਾ ਉਹ ਚੀਜ਼ ਦਾ। ਚਲੋ ਠੀਕ ਹੈ, ਚੱਲ ਵਧੀਆ, ਹੁਣ ਤੇਰਾ ਕੰਮ ਚੱਲਿਆ, ਬਾਕੀ ਹੁਣ ਤਾਂ ਆਪ ਹੀ ਸਖੀਆਂ ਨੇ ਤੇਰੇ ਆਲੇ ਦੁਆਲੇ ਘੁੰਮਣਾ ਚਾਹੀਦਾ ਤੈਨੂੰ, ਕਿ ਮੱਖੀਆਂ ਘੁੰਮ ਰਹੀਆਂ ਚਾਹ ਦੇ? ਨਹੀਂ ਨਹੀਂ ਭਾਅ ਜੀ, ਆ ਰਹੀਆਂ ਸਖੀਆਂ ਸਖੀਆਂ। ਠੀਕ, ਥੈਂਕ ਯੂ। ਅੱਛਾ ਭਾਅ ਜੀ, ਜਿਵੇਂ ਬਿਨੂ ਢਿੱਲੋਂ ਭਾਅ ਜੀ ਦੀ ਫਿਲਮ ਦੇ ਵਿੱਚ ਨਾ, ਉਹਨਾਂ ਦਾ ਵਿਆਹ ਹੁੰਦਾ ਵਾ ਹਰ ਫਿਲਮ ਦੇ ਵਿੱਚ, ਹੈ ਨਾ? ਅਤੇ ਤੁਹਾਡਾ ਵੀ ਭਾਅ ਜੀ ਹਰ ਵੀਡੀਓ ਦੇ ਵਿੱਚ ਵਿਆਹ ਹੁੰਦਾ, ਤੁਸੀਂ ਭਾਅ ਜੀ ਵਿਆਹ ਕਰਾ ਕਿਉਂ ਨਹੀਂ ਲੈਂਦੇ? 5 ਸਾਲ ਰਹਿ ਗਏ ਹਜੇ।
ਇਹ ਚੀਜ਼ ਹਜੇ ਜ਼ਿੰਮੇਵਾਰੀ 'ਤੇ ਹਜੇ ਮੈਂ ਪੈਣਾ ਨਹੀਂ ਚਾਹੁੰਦਾ, ਪਹਿਲਾਂ ਮੈਂ 4 ਪੈਸੇ ਕਮਾ ਲਾਂ ਕਿ ਉਹਨੂੰ ਵਧੀਆ ਰੋਟੀ ਦੇ ਸਕਾਂ, ਬਿਲਕੁਲ ਵਧੀਆ ਜਗ੍ਹਾ ਰਹਿਣ ਲਈ ਦੇ ਸਕਾਂ, ਬਿਲਕੁਲ ਇਹਦੇ ਲਈ ਹਜੇ ਜਾ ਰਹੀ ਹੈ। ਓਕੇ 5 ਸਾਲ ਰੁਕ ਜਾਓ, ਕਿਆ ਬਾਤ ਹੈ, ਜੇ ਇਕੱਠੇ ਆ ਜਾਵਾਂਗੇ ਚਾਹ ਪੀਣ, ਆਹੇ ਪੱਕੀ ਗੱਲ, ਓਏ ਕਿਆ ਬਾਤ ਹੈ, ਮਤਲਬ 5 ਸਾਲਾਂ ਬਾਅਦ ਵੀ ਤੁਸੀਂ ਮਤਲਬ ਕਿ ਸੋਚ ਰਹੇ ਹੋ ਕਿ ਮੈਂ ਖੋਖੇ 'ਤੇ ਹੋਵਾਂ, ਹੈ ਨਾ, ਵਾਹ ਤੁਹਾਡੇ ਯਾਰ। ਨਹੀਂ ਨਹੀਂ ਰੈਸਟੋਰੈਂਟ ਹੋ ਜੂ ਤੇਰਾ, ਹਾਂ ਰੈਸਟੋਰੈਂਟ ਹੋ ਜੂ ਤੇਰਾ, ਰੋਟੀ ਖਾ ਕੇ ਜਾਵਾਂਗੇ ਯਾਰ, ਕਿਆ ਬਾਤ ਹੈ ਭਾਜੀ, ਪੈਸਾ ਭਰ ਕੇ ਨਹੀਂ ਦੇਣਾ ਤੈਨੂੰ। ਚਲੋ ਭਾਜੀ, ਰੋਟੀ ਦੇ ਰਿਸ਼ਤੇਦਾਰ ਬੁਲਾਉਂਦੇ ਆ ਯਾਰ, ਪਰ ਵਿਆਹ ਤੋਂ ਬਾਅਦ ਤੂੰ ਇੰਨਾ ਕਿਹਾ ਸਮਝ ਯਾਰ, ਰਿਸ਼ਤੇਦਾਰ ਭਾਜੀ, ਕਿਆ ਬਾਤ ਹੈ ਯਾਰ, ਬਸ ਫੈਮਿਲੀ ਰਿਲੇਸ਼ਨ, ਮਤਲਬ ਆਵਾਂਗੇ ਆਪਾਂ ਪੱਕਾ ਤੇਰੇ ਕੋਲ, ਡਨ ਹੋ ਗਿਆ ਭਾਜੀ। ਭਾਜੀ ਹੁਣ ਵਿਆਹ ਦੀ ਗੱਲ ਛਿੜੀ ਹੈ ਨਾ, ਕਿਹੜੀ ਐਸੀ ਚੀਜ਼ ਹੈ ਜਿਹਦੇ ਬਿਨਾਂ ਕੁੜੀ ਮੁੰਡੇ ਦਾ ਵਿਆਹ ਨਹੀਂ ਹੋ ਸਕਦਾ? ਪਿਆਰ, ਬਿਲਕੁਲ ਭਾਜੀ, ਦੋਨਾਂ 'ਚ ਪਿਆਰ ਹੋਣਾ ਚਾਹੀਦਾ, ਬਿਲਕੁਲ ਮੇਰਾ ਜਵਾਬ ਸੀਗਾ ਦੋਨਾਂ ਦੀ ਮਰਜ਼ੀ, ਲੱਗ ਹੀ ਸਕੀ ਆ, ਮਰਜ਼ੀ ਵੀ ਤਾਂ ਹੋਣੀ ਜੇ ਪਿਆਰ ਹੋਇਆ, ਇਹ ਤਾਂ ਚੱਲ ਲੱਗੇ ਛੱਗੇ ਆ, ਮੰਨ ਲਿਆ ਲੱਗੇ ਛੱਗੇ, ਲੱਗੇ ਛੱਗੇ ਯਾਰ, ਬਹੁਤ ਘੈਂਟ ਭਾਜੀ ਯਾਰ, ਸੱਚੀ ਬਹੁਤ ਮਜ਼ਾ ਆ ਰਿਹਾ ਭਾਜੀ ਤੁਹਾਡੇ ਨਾਲ। ਅੱਛਾ ਭਾਜੀ, ਕਿਹੜੀ ਐਸੀ ਕੁੜੀ ਹੈ ਜਿਹਦਾ ਤੁਸੀਂ ਬਾਂਹ ਦੇ ਉੱਤੇ ਭਾਜੀ ਟੈਟੂ ਬਣਵਾ ਸਕਦੇ ਹੋ? ਮੈਂ ਵੈਸੇ ਟੈਟੂ ਕਦੇ ਸੋਚਿਆ ਨਹੀਂ ਬਣਾਉਣਾ ਕਿਸੇ ਕੁੜੀ ਦਾ। ਓਕੇ, ਜੇ ਅਗਰ ਸੋਚੋ, ਅਗਰ ਸਪੋਜ਼ ਕੁਛ, ਨਹੀਂ ਮੈਂ ਬਹੁਤਾ ਹਜੇ ਸੋਚਿਆ ਹੀ ਨਹੀਂ ਕਦੇ ਯਾਰ ਬਣਾਉਣਾ, ਕਿ ਮੈਂ ਟੈਟੂ ਆਪਦਾ ਨਹੀਂ ਕਦੇ ਕਿਸੇ ਤੋਂ, ਮੈਨੂੰ ਕਿੰਨਿਆਂ ਨੇ ਕਹਿੰਦੇ ਟੈਟੂ ਇੱਕ ਅੱਧਾ ਬਣਾ ਲਓ, ਮੈਂ ਬਣਾਇਆ ਹੀ ਨਹੀਂ ਕੋਈ। ਅੱਛਾ ਜੀ, ਮਤਲਬ ਜੇ ਮੈਂ ਬਣਾਊਂਗਾ, ਹਾਂ ਇਹ ਗੱਲ, ਜੇ ਮੈਂ ਬਣਾਊਂਗਾ ਹੈਂ, ਤਾਂ ਮੈਂ ਜਿਹੜਾ ਉਹ ਨਹੀਂ ਹੁੰਦਾ ਕੱਚਾ ਜਿਹਾ ਟੈਟੂ ਜਿਹੜਾ ਬਾਅਦ 'ਚ ਮਿਟ ਜਾਂਦਾ, ਹਾਂ ਉਹ ਬਣਾ ਲੂੰਗਾ, ਸ਼ਰੂਤੀ ਹਸਨ ਦਾ। ਸ਼ਰੂਤੀ ਹਸਨ ਦਾ? ਭਾਜੀ ਲਓ ਫਿਰ, ਤੁਹਾਡੀ ਹੈਲਪ ਕਰਦੀ ਹੈ ਫਿਰ, ਕਰਦੇ ਮੇਰੇ ਫੋਨ ਤੇ ਬੜਾ ਹੱਸਣ ਡੇ, ਗੱਲ ਕੀ ਹੋਈ ਹੈ? ਹਾਂਜੀ ਹਾਂਜੀ, ਮੈਂ ਆਪਣਾ, ਹਾਂਜੀ ਹਾਂਜੀ, ਛੋਟਾ ਵੀਰ ਹੈ, ਮੈਂ ਚਾਚਾ ਬੋਲਦਾ ਉਹਦਾ, ਮਨਿੰਦਰ ਪੁੱਟਰ, ਉਹ ਆਪਣਾ ਪੁੱਟਰੀ ਹੈ ਯਾਰ, ਹਾਂ ਹਾਂ। ਨਹੀਂ ਨਹੀਂ ਕੋਈ ਸਖੀ ਨਹੀਂ ਹੈਗੀ ਉਹਦੀ, ਵੈਸੇ 25-30 ਲੱਖ ਕੁੜੀਆਂ ਫੈਨ ਨੇ, ਹਾਂਜੀ ਹਾਂਜੀ, ਮਰਦੀਆਂ ਵੀ ਨੇ। ਨਹੀਂ ਨਹੀਂ ਉਹ ਜਮੀਲਾ ਨਾਲ ਗੱਲ ਉੱਡੀ ਸੀਗੀ ਆਪਾਂ, ਪਰ ਦੇਖੋ ਇੰਨੇ ਸਕੀਮੇ ਹੈਗੇ, ਆਪਾਂ ਉੱਡਣ ਹੀ ਨਹੀਂ ਦਿੱਤੀ। ਹਾਂਜੀ ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਗਾਣੇ ਆਉਣ ਵਾਲੇ ਆ। ਹਾਂਜੀ ਹਾਂਜੀ, ਤੁਸੀਂ ਮੇਰੀ ਗੱਲ ਸੁਣੋ, ਸ਼ਰੂਤੀ ਹਸਨ ਜੀ ਅਗਰ ਇੱਧਰ ਪੰਜਾਬ ਵੱਲ ਚੱਕਰ ਲੱਗਦਾ ਨਾ, ਤਾਂ ਉਹਨਾਂ ਨੂੰ ਮਿਲਾਓ। ਹਾਂਜੀ ਹਾਂਜੀ, ਮਨਿੰਦਰ ਪੁੱਟਰ ਭਾਈ ਨਾ, ਮੈਂ ਭਾਜੀ ਇਸ ਕਰਕੇ ਕਹਿ ਰਿਹਾ ਯਾਰ, ਪਤਾ ਕੀ ਗੱਲ ਹੈ, ਗਾਣੇ ਦੇਖੋ ਨਾ, ਗਾਣੇ ਕਿੰਨੇ ਹਿੱਟ ਆ, ਹਨਾ, ਹੁਣ ਚਾਚਾ ਤੇ ਫਿਰ ਕੀ ਹੋ ਗਿਆ, ਭਾਜੀ ਬੁਟਰੀ ਵੀਰ ਸਭ ਕੁਝ ਹੀ ਹੁੰਦਾ ਹੈ। ਭਰਾਵਾ ਇਹੋ ਜਿਹੇ ਨਾਮ ਕਦੋਂ ਦੱਸੀ ਹੈ ਨਾ, ਗੱਲ ਕੈਂਸਲ ਕਰਾਏਗਾ। ਹਾਂਜੀ ਹਾਂਜੀ, ਕੀ? ਨਹੀਂ 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 ਉਹ ਯਾਰ, ਗੰਦੀਆਂ ਗਾਲਾਂ ਕੱਢਣ ਦੀ ਕੀ ਲੋੜ ਹੈ, ਇੱਕ ਮਿੰਟ, ਨਹੀਂ ਮੇਰੀ ਗੱਲ ਤਾਂ ਸੁਣੋ, ਓਕੇ ਓਕੇ, ਇੱਧਰ ਮੇਰਾ ਬੁਲਾ ਰਿਹਾ, ਮੇਰਾ ਬੁਟਰੀ ਬੁਲਾ ਰਿਹਾ, ਚੰਗਾ ਬਾਅਦ 'ਚ ਗੱਲ ਕਰਦੇ ਹਾਂ, ਵਟਸਐਪ ਕਰ ਦਿਓ ਗਾਲਾਂ। ਓਕੇ ਬਾਏ। ਤੂੰ ਗੱਲ ਕੈਂਸਲ ਕਰਾ ਦੇਣੀ ਹੈ ਮੇਰੀ ਤਾਂ ਯਾਰ, ਭਾਜੀ ਇੱਧਰ ਜਿੰਨਾ ਉਹਨਾਂ ਨੇ ਗਾਲ ਬਰਾਈ ਹੈ ਨਾ, ਉੱਧਰ ਆਪਣੀਆਂ ਤਾਮਿਲ ਤੇਲਗੂ ਦੇ ਵਿੱਚ, ਕਮਲ ਹਸਨ ਜੀ ਕਿੰਨੀ ਸੋਹਣੀ ਪੰਜਾਬੀ ਬੋਲ ਲੈਂਦੇ ਨੇ, ਬਿਲਕੁਲ ਭਾਜੀ। ਫੋਨ ਕਿਹਨੂੰ ਕੀਤਾ, ਸੱਚੋ ਸੱਚ ਦੱਸ ਦੇ ਭਾਜੀ, ਕਮਲ ਹਸਨ ਜੀ ਨੇ ਕੀਤਾ ਯਾਰ, ਸੱਚੋ ਸੱਚ ਦੱਸ ਦੇ ਭਾਜੀ, ਕਮਲ ਹਸਨ ਨੇ ਕੀਤਾ, ਇੱਕ ਮਿੰਟ, ਕਮਲ ਹਸਨ ਜੀ ਨੇ ਕੀਤਾ, ਪੱਕੀ ਗੱਲ ਹੈ? ਪੱਕੀ ਗੱਲ ਹੈ ਭਾਜੀ, ਫਿਰ ਜੇ ਤੂੰ ਫੋਨ ਸੱਚੀ ਉਹਨਾਂ ਨੂੰ ਕੀਤਾ, ਫਿਰ ਗੱਲ ਨਹੀਂ ਮੇਰੀ ਕਦੇ ਬਣਦੇ ਨਹੀਂ, ਤੂੰ ਜਿਸ ਹਿਸਾਬ ਨਾਲ ਤੂੰ ਚਵਲ ਮਾਰੀ ਆ ਨਾ ਉਹਨਾਂ ਕੋਲ, ਮੇਰੀ ਗੱਲ ਨਹੀਂ ਹੋਣੀ ਫਿਰ ਭਾਜੀ, ਇੱਕ ਮਿੰਟ, ਤੁਸੀਂ ਆ ਖਾਓ, ਉਹ ਤਾਂ ਮੈਂ ਖਾ ਦੂੰਗਾ, ਚੱਲ ਵਧੀਆ ਤੇਰੇ ਭਾਜੀ, ਗੱਲ ਵੀ ਬਣਾਵਾਂਗੇ ਤੁਹਾਡੀ, ਟੈਨਸ਼ਨ ਨਾ ਲਓ ਤੁਸੀਂ, ਮੈਨੂੰ ਆਪ ਪਲਾਂ ਤਾਮਿਲ ਨਾ ਜਾਣਾ ਪਵੇ, ਨਾਡੂ ਥੋੜਾ ਲੇਟ ਹੋ ਗਿਆ, ਚੱਲ ਠੀਕ ਹੈ, ਐਡਜਸਟ ਕਰਾਂਗੇ ਅਸੀਂ, ਤਾਮਿਲ ਨਾ ਜਾਣਾ ਪਵੇ, ਨਾਡੂ। ਅੱਛਾ ਭਾਜੀ ਉਹ ਦੇਖੋ ਪਿੱਛੇ ਲਵਾਇਆ ਸਪੈਸ਼ਲ ਲੈਟਰ ਬਾਕਸ, ਚਿੱਠੀ ਪੱਤਰ, ਇਹ ਹੈਗੀ ਭਾਜੀ 1980 ਦੀ ਦੀਵਾਰ, ਇਹ ਹੈਗੀ ਭਾਜੀ 2019 ਦੀ ਦੀਵਾਰ, ਕਿਆ ਬਾਤ ਹੈ ਕਿ ਨਹੀਂ ਭਾਜੀ, ਦੋਨੇ ਚੀਜ਼ਾਂ ਦੇਖ ਕੇ ਬੜਾ ਵਧੀਆ ਲੱਗ ਰਿਹਾ ਮੈਨੂੰ, ਵਿਰਸਾ ਸਾਂਭਿਆ ਹੋਇਆ ਤੂੰ, ਬਿਲਕੁਲ ਉਹ ਵੀ ਵਿਰਸਾ ਹੀ ਹੋ ਗਿਆ ਹੁਣ ਤਾਂ ਯਾਰ, ਹਾਂ ਭਾਜੀ ਉਹ ਵੀ ਵਿਰਸਾ ਹੀ ਹੋ ਗਿਆ, ਐਸਟੀਡੀ ਕਿੱਥੇ ਦਿਖਦੀ ਆਪਾਂ ਨੂੰ, ਬਿਲਕੁਲ ਭਾਜੀ ਕਿਤੇ ਵੀ ਨਹੀਂ ਦਿਖਦੀ। ਅੱਛਾ ਭਾਜੀ ਪੂਰੀ ਦੁਨੀਆ ਦੇ ਵਿੱਚ ਨਾ ਇੱਕ ਚੀਜ਼ ਬੜੀ ਮੁਫਤ ਮਿਲਦੀ ਹੈ, ਪੰਜਾਬ ਦੇ ਵਿੱਚ ਤਾਂ ਐਵੇਂ ਵੈਸੇ ਰਾਹ ਤੁਰੇ ਵੀ ਬੰਦੇ ਦੇਈ ਜਾਂਦੇ ਨੇ, ਸਲਾਹ, ਬਿਲਕੁਲ, ਕਿਆ ਬਾਤ ਹੈ ਯਾਰ, ਵੈਰੀ ਇੰਟੈਲੀਜੈਂਟ, ਇਨ ਦਾ ਸਟਾਲ ਆਫ, ਇਨ ਦਾ ਖੋਖਾ ਆਫ ਪਾਰਾ, ਹਨਾ। ਤੇ ਭਾਜੀ ਹੁਣ ਤੁਸੀਂ ਆਪਣੇ ਕਿਸੇ ਵੀ ਯਾਰ ਦੋਸਤ ਨੂੰ ਨਾ ਖਾਮ ਖਾ ਦੀ ਸਲਾਹ ਦੇਣੀ ਹੈ, ਤੁਸੀਂ ਹੁਣ ਬੋਲਣੀ ਹੈ, ਤੇ ਮੈਂ ਇੱਕ ਮਿੰਟ, ਮੈਂ ਨਾ ਪੇਪਰ ਪੈਨ ਲੈ ਲਵਾਂ, ਤੇ ਆਪਾਂ ਫਿਰ ਉਹਦੇ ਵਿੱਚ ਪਾ ਕੇ ਤੇ ਉਹ ਪਹੁੰਚਾ ਦੇਣੀ ਹੈ ਉਸ ਸੈਲੀਬ੍ਰਿਟੀ ਕੋਲ, ਆ ਜਾਓ ਭਾਜੀ, ਕਿਸੇ ਯਾਰ ਬਿੱਲੀ ਨੂੰ ਦੇਣੀ ਹੈ, ਬਿਲਕੁਲ ਭਾਜੀ, ਐਵੇਂ ਖਾਮ ਖਾ ਦੀ ਸਲਾਹ ਭਾਜੀ, ਨਜਾਇਜ਼ ਖਾਮ ਖਾ ਦੀ ਸਲਾਹ, ਵੈਸੇ ਤਾਂ ਮੈਂ ਬਹੁਤ ਜਾਣਿਆਂ ਨੂੰ ਖਾਮ ਖਾ ਦੀ ਸਲਾਹ ਦਿੰਦਾ ਹੀ ਰਹਿੰਦਾ ਵੀ ਆਹ ਕਰ ਲਾ ਆਹ ਕਰ ਲਾ, ਪਰ ਐਮੀ ਨੂੰ ਇੱਕ ਸਲਾਹ ਦੇਣੀ ਹੈ। ਓਕੇ, ਐਮੀ ਭਾਜੀ ਨੂੰ, ਐਮੀ ਨੂੰ ਲਿਖੋ ਕਿ ਤੂੰ ਆਸ਼ਕ ਲੱਕੜੀ, ਹੈ ਆਸ਼ਕ ਲੱਕੜੀ, ਆਸ਼ਕ ਲੱਕੜੀ, ਤੁਲਕ ਮਲੰਗਾ ਲੱਕੜੀ, ਤੁਲਕ ਮਲੰਗਾ ਤੇ 5 ਦਾਣੇ ਕਣਕ ਦੇ ਲੈ ਕੇ, ਤੁਲਕ 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 ਮਲੰਗਾ, ਤੁਲਕ ਆਸ਼ਕ ਲੱਕੜੀ, ਤੁਲਕ ਮਲੰਗਾ, ਮਲੰਗਾ ਤੇ 5 ਦਾਣੇ ਕਣਕ ਦੇ ਲੈ ਕੇ, ਤੇ 5 ਦਾਣੇ ਕਣਕ ਦੇ ਲੈ ਕੇ ਮਿਕਸਿੰਗ ਦੇ ਸਟੂਡੀਓ ਆ ਜਾ, ਕਣਕ ਆਪਾਂ ਕਰਦੇ ਹਾਂ ਗਾਣਾ ਇਕੱਠੇ, ਮਿਕਸਿੰਗ ਦੇ ਸਟੂਡੀਓ ਆ ਜਾ,
ਫਿਰ ਆਪਾਂ ਕਰਦੇ ਹਾਂ ਗਾਣੇ ਇਕੱਠੇ ਫਿਰ ਗਾਣੇ ਇਕੱਠੇ ਸੋ ਐਮੀ ਲਈ ਲਿਖਣਾ ਇੱਕ ਗਾਣਾ ਇਹਨੇ ਜੇਬ 'ਚ ਪਾ ਕੇ ਬਸ ਰਿਕਾਰਡਿੰਗ ਕਰਨੀ ਹੈ ਠੀਕ ਹੈ ਜੀ ਫਿਰ ਗਾਣਾ ਜਿਹੜਾ 500, 700, 800 ਮਿਲੀਅਨ ਜਾਣਾ ਓਏ ਹੋਏ ਆਸ਼ਕ ਲੱਕੜੀ ਆਸ਼ਕ ਲੱਕੜੀ ਤੁਲਕ ਮਲੰਗਾ ਮਲੰਗਾ ਪੰਜ ਦਾਣੇ ਕਣਕ ਦੇ ਜੇਬ 'ਚ ਪਾ ਕੇ ਐਮੀ ਆ ਜਾਵੇ ਮਿਕਸਿੰਗ ਕੋਲੇ ਲਓ ਜੀ ਜੇਬ 'ਚ ਪਾ ਕੇ ਜੇਬ 'ਚ ਵੀ ਪਾ ਤੇ ਜੇਬ 'ਚ ਪਾ ਕੇ ਬਸ ਤੇ ਉਹਨਾਂ ਲਈ ਹੋਰ ਕੁਛ ਭਾਜੀ ਉਹ ਜਿੱਦਾਂ ਕਰਦੇ ਹੁੰਦੇ ਆਈ ਲਵ ਯੂ ਆਈ ਲਵ ਯੂ ਬ੍ਰਦਰ ਆਹ ਕੀ ਬਾਤ ਹੈ ਆਈ ਲਵ ਯੂ ਬਸ ਬ੍ਰਦਰ ਲਓ ਭਾਜੀ ਮਨਿੰਦਰ ਪੁੱਟਰ ਭਾਈ ਨੇ ਦਿੱਤੀ ਹੈ ਜੀ ਖਾਮ ਖਾਦੀ ਸਲਾਹ ਐਮੀ ਵਿਰਕ ਜੀ ਨੂੰ ਕੀ ਬਾਤ ਹੈ ਭਾਜੀ ਮੈਂ ਜਰਾ ਫਿਰ ਪਾ ਦਵਾਂ ਭਾਜੀ ਉਹ ਸੈਲਿਬ੍ਰਿਟੀ ਲੈਟਰ ਬਾਕਸ ਦੇ ਵਿੱਚ ਇਹ ਪਹੁੰਚਦਾ ਕਰ ਦੋ ਉਹਦੇ ਕੋਲ ਬਿਲਕੁਲ ਬਿਲਕੁਲ ਭਾਜੀ ਆਪਾਂ ਪਹੁੰਚਦਾ ਕਰ ਦਈਏ ਇੱਕ ਮਿੰਟ ਆਹ ਥੋੜ੍ਹਾ ਛੋਟਾ ਹੈਗਾ ਆਪਾਂ ਇੱਧਰੋਂ ਪਾ ਦੇ ਚਲੋ ਜੀ ਇੱਦਾਂ ਹੀ ਕੋਈ ਕੱਢ ਕੇ ਨਾ ਲੈ ਜੇ ਤੇਰੀ ਆਹ ਨਹੀਂ ਨਹੀਂ ਭਾਜੀ ਨਹੀਂ ਜਾਂਦੀ ਆਪਾਂ ਦਿੱਤੀ ਹੁਣ ਖਾਮ ਖਾਦੀ ਸਲਾਹ ਅੱਛਾ ਭਾਜੀ ਜਦੋਂ ਤੁਸੀਂ ਬੀ ਪ੍ਰਾਗ ਭਾਜੀ ਕੋਲ ਗਾਣੇ ਬਣਵਾਉਂਦੇ ਹੋ ਹਨਾ ਉਹਨਾਂ ਨੇ ਕਦੀ ਤੁਹਾਨੂੰ ਲਾਰਾ ਨਹੀਂ ਲਾਇਆ ਕਿ ਮਤਲਬ ਯਾਰ ਬਸ ਮਨਿੰਦਰ ਬਸ ਰਿਕਾਰਡਿੰਗ ਕਰ ਜਾ ਗਾਣਾ ਤੇਰਾ ਰੈਡੀ ਆ ਬਸ ਗਿਟਾਰ ਪਾਣੀ ਵਾਲੀ ਰਹਿੰਦੀ ਹੈ ਗਾਣਾ ਤੇਰਾ ਰੈਡੀ ਆ ਵਿੱਚ ਢੋਲ ਜੇ ਪੈ ਜਾਣ ਬਾਕੀ ਗਾਣਾ ਤੇਰਾ ਰੈਡੀ ਹੈ ਨਹੀਂ ਹੈ ਬੀ ਪ੍ਰਾਗ ਨੇ ਮੈਨੂੰ ਭਾਜੀ ਨੇ ਨਾ ਬਹੁਤ ਚਿਰ ਪਹਿਲਾਂ ਕਿਹਾ ਸੀ ਭਾਜੀ ਭਾਜੀ ਇੱਦਾਂ ਮਤਲਬ ਭਾਜੀ ਤੁਹਾਡੀ ਲਾਈਵ ਦਾ ਵੱਡਾ ਗਾਣਾ ਮੈਂ ਬਣਾਉਣਾ ਕਿਆ ਇੱਦਾਂ ਕਰਦੇ ਹੁੰਦੇ ਹੋ ਅੱਛਾ ਜੀ ਨਹੀਂ ਲਾਰਾ ਤਾਂ ਲਾਉਂਦਾ ਬੰਦਾ ਅੱਛਾ ਇਹ ਗਾਣਾ ਪਹਿਲਾਂ ਹੀ ਬਣਿਆ ਹੋਇਆ ਸੀ ਕਿਉਂਕਿ 2013 ਦਾ ਬਣਿਆ ਹੋਇਆ ਠੀਕ ਹੈ ਜੀ ਸੋ ਹੁਣ ਸਾਹਮਣੇ ਆ ਗਿਆ ਗਾਣਾ ਓਕੇ ਅੱਛਾ ਤੁਸੀਂ ਫੋਨ ਕਰੋ ਇਧਰੋਂ ਦੀ ਬੀ ਪ੍ਰਾਗ ਭਾਜੀ ਬੋਲਦੇ ਨੇ ਅੱਛਾ ਹਾਂਜੀ ਅੱਛਾ ਮੈਂ ਬੀ ਪ੍ਰਾਗ ਗਿਆ ਤੁਸੀਂ ਮੈਂ ਬੀ ਪ੍ਰਾਗ ਹੈਲੋ ਹਾਂਜੀ ਭਾਜੀ ਹੈਲੋ ਤੁਸੀਂ ਪੁੱਛਣਾ ਭਾਜੀ ਬੀ ਪ੍ਰਾਗ ਬੋਲ ਰਹੇ ਜੀ ਹੈਲੋ ਹਾਂਜੀ ਹੈਲੋ ਉਹ ਤੇਰੀ ਉਹ ਜਮੀ ਵਾਸੇ ਮੈਂ ਹੈਲੋ ਹਾਂਜੀ ਬੀ ਪ੍ਰਾਗ ਬੋਲਦੇ ਹੋ ਹਾਂਜੀ ਹਾਂਜੀ ਬੀ ਪ੍ਰਾਗ ਬੋਲ ਰਿਹਾ ਜੀ ਇੱਦਾਂ ਉਂਗਲਾਂ ਕਰਦੇ ਰਹਿੰਦੇ ਹੋ ਹਾਂਜੀ ਹਾਂਜੀ ਭਾਜੀ ਜਿਹੜੀ ਗਿਟਾਰ ਕਰਾਈ ਸੀ ਜੀ ਜੀ ਭਾਜੀ ਪਿਛਲੇ ਗਾਣੇ 'ਚ ਜੀ ਸਵਾਦ ਨਹੀਂ ਆਇਆ ਯਾਰ ਭਾਜੀ ਸਵਾਦ ਨੂੰ ਕੁਲਚੇ ਛੋਲੇ ਥੋੜ੍ਹਾ ਨਾ ਆ ਗਿਆ ਯਾਰ ਗਿਟਾਰ ਹੈ ਯਾਰ ਉਹ ਨਹੀਂ ਪਰ ਥੋੜ੍ਹੀ ਜਿਹੀ ਨਾ ਮਜ਼ਾ ਨਹੀਂ ਆ ਰਿਹਾ ਯਾਰ ਕੋਈ ਫੀਲ ਜੀ ਆਊਟ ਜਾ ਰਹੀ ਹੈ ਗਾਣੇ 'ਚ ਫੀਲ ਜੀ ਆਊਟ ਜਾ ਰਹੀ ਹੈ ਕੋਈ ਗੱਲ ਨਹੀਂ ਭਾਜੀ ਹੁਣ ਆਪਾਂ ਪਤਾ ਕੀ ਕਰਾਂਗੇ ਗਿਟਾਰ ਜਦੋਂ ਰਿਕਾਰਡ ਕਰਾਉਣੀ ਹੈ ਨਾ ਭਾਜੀ ਆਪਾਂ ਤੇ ਭਾਜੀ 5-7 ਡਾਂਸਰ ਸੱਦ ਲਿਆਂਗੇ ਅੱਛਾ ਵੀ ਲੱਗੇਗਾ ਦੇਖਣ ਨੂੰ ਅੱਛਾ ਲੱਗੇਗਾ ਨਹੀਂ ਪਰ ਕੁਛ ਕਰੋ ਯਾਰ ਇੱਦਾਂ ਕਰੋ ਫਿਰ ਉਹਦੀ ਥਾਂ 'ਤੇ ਸ਼ਹਿਨਾਈ ਪਵਾ ਦਿਉ ਯਾਰ ਇੱਕ ਸ਼ਹਿਨਾਈ ਭਾਜੀ ਯਾਰ ਰਾਜਸਥਾਨ ਤੋਂ ਮੰਗਾਉਣੀ ਪੈਂਦੀ ਹੈ ਯਾਰ ਬਹੁਤ ਇੰਨਾ ਬਜਟ ਨਹੀਂ ਦਿੰਦੇ ਯਾਰ ਤੁਸੀਂ ਤੇ ਭਰਾਵਾ ਚੱਲ ਤੂੰ ਵੀ ਪਵਾ ਦੇ ਤੂੰ ਵੀ ਤਾਂ ਪੰਜਾਬ 'ਚ ਜਗ੍ਹਾ ਜਗ੍ਹਾ ਮਿਲਦੀ ਤੂੰ ਵੀ ਭਾਜੀ ਪਤਾ ਕੀ ਗੱਲ ਆ ਯਾਰ ਉਹ ਕਾਲਜਾਂ ਦੇ ਵਿੱਚ ਨਾ ਫੈਸਟੀਵਲ ਦਾ ਸੀਜ਼ਨ ਚੱਲ ਰਿਹਾ ਯਾਰ ਸ਼ੋਅ ਤੇ ਸ਼ੋਅ ਬਿਲਕੁਲ ਭਾਜੀ ਬਿਲਕੁਲ ਇਹਦਾ ਗੱਲ ਹੈ ਯਾਰ ਹਾਂਜੀ ਫਿਰ ਮੈਂ ਹੋਰ ਕੀ ਕਰਾਂ ਯਾਰ ਤੂੰ ਮੈਨੂੰ ਉਹ ਫੀਲ ਨਹੀਂ ਆਈ ਯਾਰ ਗਿਟਾਰ ਦੀ ਬਸ ਭਾਜੀ ਤੁਹਾਡੀ ਰਿਕਾਰਡਿੰਗ ਰਹਿੰਦੀ ਹੈ ਬਾਕੀ ਸਾਰਾ ਡਨ ਹੋ ਗਿਆ ਤੁਸੀਂ ਭਾਜੀ ਸ਼ੋਅ ਤੋਂ ਵਾਪਸ ਤਾਂ ਆ ਜਾਓ ਮੇਰੀ ਡਬਿੰਗ ਪਈ ਆ ਯਾਰ ਭਾਜੀ ਡਬਿੰਗ ਤੁਸੀਂ ਉੱਥੋਂ ਕਰ ਦਿਓ ਇੱਥੇ ਹੋ ਜਾਏਗੀ ਦੇਖਿਓ ਤੁਸੀਂ ਭਾਜੀ ਡਬਿੰਗ ਫਾਸਟ ਹੀ ਬਹੁਤ ਹੋ ਗਿਆ ਇੱਕ ਜਾਨੀ ਹਾਂਜੀ ਫੋਨ ਉਹਨੇ ਚੱਕਣਾ ਨਹੀਂ ਹੁੰਦਾ ਕਿਸੇ ਦਾ ਇਹ ਤਾਂ ਗੱਲ ਹੈ ਮੈਂ ਵੀ ਡੀਐਨਡੀ ਤੇ ਲਗਾਣਾ ਇੰਡਸਟਰੀ ਦਾ ਸਭ ਤੋਂ ਵੱਡਾ ਗੋਲੀਬਾਜ਼ ਕੌਣ ਆ ਜਾਨੀ ਵੇ ਕਿਆ ਬਾਤ ਇਹ ਉਹ ਆ ਗੱਲ ਤੋਂ ਚਿੜੂਗਾ ਮੈਂ ਜਾਣ ਕੇ ਬੋਲਤੀ ਆ ਚਲੋ ਕੋਈ ਗੱਲ ਨਹੀਂ ਥੋੜਾ ਚਿੜਨਾ ਵੀ ਚਾਹੀਦਾ ਚਲੋ ਫਿਰ ਆ ਜਾਓ ਮਿਲਦੇ ਹਾਂ ਚੰਡੀਗੜ੍ਹ ਚਲੋ ਠੀਕ ਆ ਭਾਜੀ ਓਕੇ ਯਾਰ ਆਵਾਜ਼ ਤਾਂ ਤੁਸੀਂ ਸੇਮ ਕੱਢ ਲੈਂਦੇ ਹੋ ਕਿਆ ਬਾਤ ਸੌਰੀ ਬੀ ਪ੍ਰਾਗ ਭਾਜੀ ਪਰ ਥੋੜ੍ਹਾ ਜਿਹਾ ਫਨ ਵੀ ਤਾਂ ਚਾਹੀਦਾ ਨਾ ਹੈਨਾ ਚਲੋ ਜੀ ਹਾਂਜੀ ਭਾਜੀ ਭਾਜੀ ਹੁਣ ਨਾ ਤੁਸੀਂ ਟਿੱਪਣੀ ਕਰਨੀ ਹੈ ਠੀਕ ਹੈ ਮੈਂ ਕੁਛ ਚੀਜ਼ਾਂ ਪੁੱਛੂੰਗਾ ਤੁਹਾਨੂੰ ਤੁਸੀਂ ਉਹਨਾਂ 'ਤੇ ਟਿੱਪਣੀ ਕਰਨੀ ਹੈ ਹੈਨਾ ਸਾਫ਼ ਸ਼ਬਦਾਂ 'ਚ ਭਾਜੀ ਤੁਸੀਂ ਜੀ ਚਾਰਜਰ ਲਾਇਆ ਹੋਇਆ ਠੀਕ ਹੈ ਫੋਨ ਨੂੰ ਹੈਨਾ ਉਹਨੂੰ ਲਾ ਕੇ ਆਪਣੇ ਫੋਨ ਦੇ ਵਿੱਚ ਚਾਰਜਰ ਲਗਾਉਣਾ ਇਹ ਪਾਪ ਹੈ ਭਾਜੀ ਮੈਂ ਤਾਂ ਬਹੁਤ ਇਹੋ ਜਿਹੇ ਪਾਪ ਦਿਨ 'ਚ ਪਤਾ ਨਹੀਂ ਕਿੰਨੀ ਵਾਰ ਕਰਦਾ ਅੱਛਾ ਜਿਵੇਂ ਕਿਸੇ ਦਾ ਫੋਨ ਦਾ ਚਾਰਜਰ ਲੱਗਿਆ ਨਾ ਹਾਂਜੀ ਮੈਂ ਉਹਦਾ ਫੋਨ ਉੱਥੇ ਹੀ ਰੱਖਦਾ ਅੱਛਾ ਜੀ ਪਰ ਉਹ ਫੋਨ ਦੇ ਥੱਲੇ ਆਪਣਾ ਫੋਨ ਰੱਖ ਕੇ ਚਾਰਜਿੰਗ ਲਾ ਲੈਣਾ ਉਹ ਫੋਨ ਉੱਥੇ ਪਿਆ ਰਹਿੰਦਾ ਮੈਨੂੰ ਦੂਰੋਂ ਇਹ ਲੱਗਦਾ ਕਿ ਚਾਰਜਿੰਗ ਲੱਗਿਆ ਹੋਇਆ ਚਲੋ ਠੀਕ ਹੈ ਓਕੇ ਤੇ ਮੈਂ ਝੂਠ ਬਹੁਤ ਬੋਲਦਾ ਜੀ ਮੁੱਛੇ ਤੇਰਾ ਫੋਨ 'ਚ ਕਿੰਨਾ ਚਾਰਜ ਮੈਂ ਮੇਰਾ ਤਾਂ ਯਾਰ 16% ਰਹਿ ਗਿਆ ਅੱਛਾ ਜੀ ਮੈਂ ਝੂਠ ਆ ਚੀਜ਼ ਬਹੁਤ ਬੋਲਦਾ ਸ਼ੁਕਰ ਭਾਜੀ ਤੁਸੀਂ ਕਿਹਾ ਨਹੀਂ 7% ਰਹਿ ਗਿਆ 11% ਰਹਿ ਗਿਆ ਉਧਰ ਵੀ ਲੱਕੀ ਨੰਬਰ 20 ਤੋਂ ਥੱਲੇ ਦੇਸੀ ਦਾ ਅੱਛਾ ਲੱਕੀ ਨੰਬਰ ਉਹ ਮੈਨੂੰ ਅਕਸਰ ਦਿਖਦੇ ਰਹਿੰਦੇ ਵੈਸੇ ਹੈਨਾ 11 11 11 11 7 7 7 7 ਭਾਜੀ ਅਗਲੀ ਟਿੱਪਣੀ ਜਦੋਂ ਕੁੜੀਆਂ 10 ਰੁਪਏ ਦਾ ਗੋਲਗੱਪੇ ਖਾਂਦੀਆਂ ਨੇ ਤੇ 50 ਰੁਪਏ ਦਾ ਭਾਜੀ ਫ੍ਰੀ 'ਚ ਪਾਣੀ ਪੀ ਜਾਂਦੀਆਂ ਇਹ ਗੱਲ ਸਹੀ ਇਹ ਸਹੀ ਹੈ ਗੱਲ ਜਮਾਂ ਸਹੀ ਹੈ ਹੈ ਜਮਾਂ ਸਹੀ ਗੱਲ ਹੈ ਜਮਾਂ ਸਹੀ ਕੀ ਟਿੱਪਣੀ ਕਰਨਾ ਚਾਹੋਗੇ ਭਾਜੀ ਇਹ ਤਾਂ ਪਾਪੜੀ ਵੀ ਖਾਂਦੀਆਂ ਨੇ ਬਾਅਦ 'ਚ ਬਿਲਕੁਲ ਭਾਜੀ ਉਹ ਦੇਣਾ ਹਨਾ ਮਿਰਚੀ ਡਾਲ ਕੇ ਇੱਕ ਔਰ ਦੇ ਦੋਗੇ ਪਾਪੜੀ ਭਈਆ ਪਾਣੀ ਤੋਂ ਵੀ ਪੀਆ ਹੀ ਨਹੀਂ ਹੈ ਹਾਂ ਹਲੇ 5 ਤੋਂ ਪਹਿਲਾਂ ਪੀਤੇ ਹੁੰਦੇ ਨੇ ਗੋਲਗੱਪਿਆਂ 'ਚ ਕੀ ਉਹਨੇ ਦੁੱਧ ਪਾ ਕੇ ਦਿੱਤਾ ਜਾਂ ਦਹੀਂ ਪਾ ਕੇ ਦਿੱਤਾ ਭਈਆ ਪਾਣੀ ਤੋਂ ਵੀ ਪੀਆ ਹੀ ਨਹੀਂ ਹੈ ਭਾਜੀ ਲਾਸਟ ਟਿੱਪਣੀ ਇਹ ਹੈ ਭਾਈ ਕਿਸੇ ਕੁੜੀ ਦਾ ਬਲੌਗ ਮਾਰਨਾ ਆਨਲਾਈਨ ਜੁੱਤੀ ਮਾਰਨ ਦੇ ਬਰਾਬਰ ਹੈ ਤਾਂ ਵੈਸੇ ਬਰਾਬਰ ਹੀ ਹੈ ਅੱਛਾ ਜੀ ਹੈ ਬਰਾਬਰ ਹੀ ਹੈ ਖਿਝ ਉਨੀ ਲੱਗਦੀ ਹੈ ਗੁੱਸਾ ਵੀ ਉਨਾ ਆਉਂਦਾ ਪਰ ਇਹ ਕਿ ਕੋਈ ਦੇਖ ਨਹੀਂ ਸਕਦਾ ਜੁੱਤੀ ਪੈਂਦੀ ਲੋਕ ਦੇਖ ਲੈਂਦੇ ਨੇ ਹਾਂ ਬਲੌਗ ਕੀਤਾ
ਦੇਖਦਾ ਨਹੀਂ ਬਸ ਕਿਹਦਾ, ਮਤਲਬ ਕਿ ਜਿਹੜੇ ਜਿਹੜੇ ਬਲੌਕ ਹੈ ਬਰਾਬਰੀ ਹੈ ਕੰਮ ਤਾਂ, ਬਰਾਬਰੀ ਕੰਮ ਹੈ, ਮਤਲਬ ਜਿਹੜੇ ਜਿਹੜੇ ਬਲੌਕ ਹੋਏ ਨੇ ਤਾਂ ਆਪਣੇ ਆਪ ਨੂੰ ਸਮਝੇਗਾ ਨਾ ਅਗਲੀ ਗੱਲ। ਅੱਜ ਕੱਲ੍ਹ ਦੇ ਜ਼ਮਾਨੇ ਨਾਲ ਆਪਾਂ ਦੇਖੀਏ ਤਾਂ ਬਲੌਕ ਕਰਨਾ ਜੁੱਤੀ ਮਾਰਨ ਦੇ ਬਰਾਬਰ ਹੈ। ਠੀਕ ਹੈ ਭਾਅ ਜੀ, ਭਾਅ ਜੀ ਬਹੁਤ ਵਧੀਆ ਟਿੱਪਣੀ ਕੀਤੀ ਤੁਸੀਂ, ਮੇਰੇ ਜਿਹੜੇ ਸਵਾਲ ਜਿਹੜੇ ਮੈਂ ਪੁੱਛੇ ਨੇ ਨਾ ਕਮਾਲ ਹੀ ਹੋ ਗਈ ਹੈ। ਅੱਛਾ ਭਾਅ ਜੀ ਤੁਹਾਡੇ ਲਾਰੇ ਗਾਣਾ ਉਹ ਕਮਾਲ ਭਾਅ ਜੀ। ਅੱਛਾ ਭਾਅ ਜੀ ਤੁਹਾਡਾ ਲਹਿੰਗਾ ਵੀ ਆ ਰਿਹਾ ਨਾ ਗਾਣਾ? ਹਾਂ ਲਹਿੰਗਾ ਵੀ ਗਾਣਾ ਹੈ ਨਾ ਇਹ ਭਾਅ ਜੀ 20% ਆਫ 'ਤੇ ਆ ਰਿਹਾ? ਨਹੀਂ ਇਹ ਜਿਹੜਾ ਲਹਿੰਗਾ ਗਾਣਾ ਆਪਣੇ ਵਾਲਾ ਆ ਰਿਹਾ, ਮਤਲਬ ਇਸ 'ਚ ਨਵੀਆਂ ਕਢਾਈਆਂ ਪਾਈਆਂ ਜਾਣੀਆਂ। ਅੱਛਾ ਜੀ, ਨਵੀਆਂ ਸਿੱਪੀਆਂ ਲਾਈ ਜਾਣੀਆਂ ਲਹਿੰਗੇ ਦੇ, ਗੋਟੇ ਗੋਟੇ ਲਾਏ ਜਾਣੇ ਆ, ਕਿਆ ਬਾਤ ਹੈ, ਨਵੀਆਂ ਚੀਜ਼ਾਂ ਪਾਈਆਂ ਜਾਣੀਆਂ ਕਿਉਂਕਿ ਪੁਰਾਣੀ ਕਢਾਈ ਨਾ ਕਾਪੀ ਜੀ ਹੋ ਗਈ ਸੀ ਥੋੜੀ ਜਿਹੀ। ਅੱਛਾ ਜੀ, ਮੈਂ ਕਿਹਾ ਆਪਾਂ ਨਵੀਂ ਕਢਾਈ ਕਰ ਦਿੰਦੇ ਆ ਥੋੜੀ ਜਿਹੀ। ਓਕੇ, ਅੱਛਾ ਭਾਅ ਜੀ ਹੁਣ ਆਪਾਂ ਲਾਰੇ ਤੇ ਆਪਾਂ ਤੁਹਾਡਾ ਠੀਕ ਹੈ ਤੇ ਭਾਅ ਜੀ ਹਲਕੇ ਜਿਹੇ ਸਿੰਘ ਭਾਅ ਜੀ ਤੁਸੀਂ ਗੱਲ ਵੀ ਚਲੋ ਕਰ ਰਹੇ ਹੈ ਨਾ, ਚਲੋ ਫਿਰ ਉਸ ਤੋਂ ਬਾਅਦ ਨਾ ਭਾਅ ਜੀ ਫਿਰ ਮੇਰਾ ਵੀ ਇੱਕ ਸਟੈਪ ਹੈਗਾ ਉਹ ਵੀ ਤੁਸੀਂ ਕਾਪੀ ਕਰਨਾ। ਠੀਕ ਹੈ ਠੀਕ ਹੈ ਜੀ, ਚਲੋ ਜੀ ਲਾ ਜਾਓ ਫਿਰ ਗਾਣਾ ਲਾ ਦਿਓ, ਲਾ ਦਿਓ ਜੀ ਚਲੋ ਚਲੋ ਭਾਅ ਜੀ ਹੁਣ ਮੇਰਾ ਸਟੈਪ ਕਿਆ ਬਾਤ ਹੈ ਜੀ, ਕਿਆ ਬਾਤ ਹੈ, ਬਹੁਤ ਹੀ ਮਜ਼ਾ ਆਇਆ ਭਾਈ ਨਾਲ ਚਾਹ ਤੇ ਚੁਸਕੀ ਲਾ ਕੇ, ਤੇ ਅਗਲੀ ਵਾਰੀ ਮਿਲਾਂਗੇ ਜੀ ਅਗਲੇ ਕਲਾਕਾਰ ਦੇ ਨਾਲ, ਤਦ ਤੱਕ ਬਾਏ ਬਾਏ ਟਾਟਾ ਮੇਰੇ ਤੋਂ ਚਾਹ ਬਣਾ ਕੇ। ਹਾਂ ਚਾਹ ਤੇ ਚੁਸਕੀ ਲਾ ਕੇ ਮੇਰੇ ਤੋਂ ਚਾਹ ਬਣਾ ਕੇ। ਲਾਰੇ ਲਾਰੇ ਸੁਣਦੇ ਰਹੋ ਸੁਣਦੇ ਰਹੋ, ਲਵ ਯੂ।